ਦੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਰਿੰਦਰ ਡੱਲਾ। ਮੁੱਦੇ ਦੀ ਗੱਲ ਵਿੱਚ ਅਸੀਂ ਹਰ ਰੋਜ਼ ਅਹਿਮ ਪੁਆਇੰਟਸ 'ਤੇ ਗੱਲ ਕਰਦੇ ਹਾਂ। ਅੱਜ ਕਈ ਅਹਿਮ ਪੁਆਇੰਟਸ 'ਤੇ ਗੱਲ ਕਰਾਂਗੇ। ਦੇਸ਼ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਔਰ 15 ਦਸੰਬਰ ਤੋਂ ਲੈ ਕੇ 5 ਜਨਵਰੀ ਤੱਕ ਪਾਰਲੀਮੈਂਟ ਦਾ ਸੈਸ਼ਨ ਚੱਲਣਾ। ਪਰ ਕੀ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਦੇ ਵਿਚਾਰੇ ਜਾਣਗੇ? ਕਿਸਾਨਾਂ ਦੀ ਆਤਮ ਹੱਤਿਆ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਉੱਠੇਗਾ? ਬੀਬੀ ਹਰਸਿਮਰਤ ਕੌਰ ਬਾਦਲ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕੀ ਪੰਜਾਬ ਨਾਲ ਜੁੜੇ ਮੁੱਦੇ ਚੱਕਣਗੇ? ਦਿਆਲ ਸਿੰਘ ਮਜੀਠੀਆ ਕਾਲਜ ਦੇ ਨਾਂ ਤਬਦੀਲੀ ਦਾ ਮਸਲਾ ਕੀ ਪਾਰਲੀਮੈਂਟ ਦੇ ਵਿੱਚ ਪਹੁੰਚੇਗਾ? ਕਿਸਾਨਾਂ ਦੀ ਆਤਮ ਹੱਤਿਆ ਦਾ ਮਸਲਾ ਕੀ ਉੱਥੇ ਪਹੁੰਚੇਗਾ? ਪਰ ਭਗਵੰਤ ਮਾਨ ਨੇ ਜਿਵੇਂ ਜ਼ਿਕਰ ਕੀਤਾ ਸੀ ਕਿ ਉਹ ਕਿਸੇ ਵੀ ਹੀਲੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਰਨਗੇ ਕਿ ਪੰਜਾਬ ਦੀ ਸਰਕਾਰ ਬਦਲਾਸ਼ਾਹੀ ਨੀਤੀ 'ਤੇ ਕੰਮ ਕਰ ਰਹੀ ਹੈ ਔਰ ਜਿਵੇਂ ਨਿੰਦਾ ਦਾ ਮਤਾ ਲਿਆਂਦਾ। ਹਾਲਾਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਮਰਿਆਦਾ ਦੇ ਉਲਟ ਹੈ, ਅਗਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੋਈ ਨਿੰਦਾ ਮਤਾ ਲਿਆਂਦਾ ਗਿਆ ਤਾਂ ਉਹ ਪਾਰਲੀਮੈਂਟ ਦੇ ਵਿੱਚ ਉਹ ਮਸਲਾ ਨਹੀਂ ਵਿਚਾਰਿਆ ਜਾ ਸਕਦਾ। ਪਰ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਲੈ ਕੇ ਜਾਊਂਗਾ। ਕੀ ਭਗਵੰਤ ਮਾਨ ਪਾਰਲੀਮੈਂਟ ਦੇ ਵਿੱਚ ਇਹ ਮਸਲੇ ਚੱਕਣਗੇ? ਔਰ ਇੱਕ ਮੀਟਿੰਗ ਰੱਖੀ ਗਈ ਸੀ ਪੰਜਾਬ ਦੇ ਵਿੱਚ ਜਿਹਦੇ ਵਿੱਚ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਬੁਲਾਇਆ ਗਿਆ ਸੀ। ਡਾਕਟਰ ਧਰਮਵੀਰ ਗਾਂਧੀ ਦੇ ਹਿੰਮਤ ਦੇ ਜ਼ਰੀਏ ਇਹ ਮੀਟਿੰਗ ਸੱਦੀ ਗਈ ਸੀ, ਪਰ ਉਹਦੇ 'ਚ ਕਾਂਗਰਸ ਤੋਂ ਇਲਾਵਾ ਪੰਜਾਬ ਦਾ ਹੋਰ ਕੋਈ ਵੀ ਮੈਂਬਰ ਪਾਰਲੀਮੈਂਟ ਉੱਥੇ ਗਿਆ ਹੀ ਨਹੀਂ, ਭਾਵੇਂ ਲੋਕ ਸਭਾ ਦਾ ਹੋਵੇ ਮੈਂਬਰ ਪਾਰਲੀਮੈਂਟ ਜਾਂ ਰਾਜ ਸਭਾ ਦਾ ਮੈਂਬਰ ਹੋਵੇ। ਔਰ ਉਸ ਵਕਤ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸਾਨੂੰ ਜਾਣ ਦੀ ਲੋੜ ਨਹੀਂ, ਸਾਨੂੰ ਪਤਾ ਹੈ ਪੰਜਾਬ ਦੇ ਮੁੱਦੇ ਕਿਹੜੇ ਨੇ। ਅਕਾਲੀ ਦਲ ਨੇ ਕਿਹਾ ਸੀ ਸਾਨੂੰ ਜਾਣ ਦੀ ਲੋੜ ਨਹੀਂ, ਸਾਨੂੰ ਪਤਾ ਹੈ ਪਾਰਲੀਮੈਂਟ ਦੇ ਵਿੱਚ ਕਿਹੜੀ ਗੱਲ ਕਰਨੀ ਹੈ। ਸੋ ਹੁਣ 15 ਦਸੰਬਰ ਤੋਂ 5 ਜਨਵਰੀ ਤੱਕ ਦਾ ਜਿਹੜਾ ਸੈਸ਼ਨ ਸ਼ੁਰੂ ਹੋਇਆ, ਇਸ ਸੈਸ਼ਨ ਦੇ ਵਿੱਚ ਕੀ ਕੋਈ ਪੰਜਾਬ ਦਾ ਮਸਲਾ ਉੱਭਰ ਕੇ ਬਾਹਰ ਆਏਗਾ? ਕੀ ਸਰਕਾਰੀ ਧਿਰ GST ਦਾ ਮਸਲਾ ਲੈ ਕੇ ਜਾਏਗੀ? ਔਰ ਇਸ ਤੋਂ ਇਲਾਵਾ ਵੀ 3 ਤਲਾਕ ਦਾ ਮਸਲਾ ਉੱਥੇ ਵਿਚਾਰਿਆ ਜਾਣਾ ਹੈ। ਡੀਮੋਨੀਟਾਈਜੇਸ਼ਨ ਤੋਂ ਬਾਅਦ ਦੀਆਂ ਸਥਿਤੀਆਂ ਦੇ ਉੱਤੇ ਵਿਰੋਧੀ ਧਿਰ ਸੱਤਾਧਾਰੀ ਧਿਰ 'ਤੇ ਹਮਲਾ ਕਰੂਗਾ। ਔਰ ਇਸ ਸੈਸ਼ਨ ਦੇ ਦਰਮਿਆਨ ਹੀ ਰਾਹੁਲ ਗਾਂਧੀ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਬਣ ਜਾਣੇ ਨੇ, ਕਿਉਂਕਿ 16 ਤਰੀਕ ਨੂੰ ਉਹਨਾਂ ਨੇ ਆਪਣੀ ਗੱਦੀ 'ਤੇ ਬਹਿਣਾ ਪ੍ਰਧਾਨਗੀ ਦੀ। ਸੋ ਹੁਣ ਪ੍ਰਧਾਨ ਬਣ ਕੇ ਵੀ ਉਹ 2 ਦਿਨਾਂ ਬਾਅਦ ਆਉਣਗੇ ਪਾਰਲੀਮੈਂਟ ਦੇ ਵਿੱਚ। 14 ਵਰਕਿੰਗ ਡੇ ਨੇ, ਪਿਛਲੇ ਸਾਲ 22 ਵਰਕਿੰਗ ਡੇ ਸੀ ਜਿਹੜਾ ਸਰਦ ਰੁੱਤ ਦਾ ਸਮਾਗਮ ਸੀ, ਔਰ ਕਾਨੂੰਨ ਦੇ ਮੁਤਾਬਕ ਹਰ 6 ਮਹੀਨੇ ਦੇ ਬਾਅਦ ਦੇਸ਼ ਦੀ ਪਾਰਲੀਮੈਂਟ ਬੈਠਣੀ ਚਾਹੀਦੀ ਹੈ। ਸੋ ਹੁਣ ਸਰਦ ਰੁੱਤ ਦਾ ਪਾਰਲੀਮੈਂਟ ਦਾ ਸੈਸ਼ਨ ਹੈ ਔਰ ਅਸੀਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਵੀ, ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਸਾਡੀ ਪਾਰਲੀਮੈਂਟ ਦੇ ਵਿੱਚ ਕਿਹੜੇ ਕਿਹੜੇ ਮਸਲੇ ਵਿਚਾਰੇ ਜਾ ਰਹੇ ਨੇ, ਪੁਆਇੰਟ ਟੂ ਪੁਆਇੰਟ ਅਸੀਂ ਵੱਖ ਵੱਖ ਚਰਚਾਵਾਂ ਰਾਹੀਂ ਉਹਨਾਂ 'ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀਏ। ਮੇਰੇ ਨਾਲ ਮਾਹਰ ਮਹਿਮਾਨ ਮੌਜੂਦ ਨੇ, ਸੀਨੀਅਰ ਪੱਤਰਕਾਰ ਰਜੇਸ਼ ਮਹਿਰਾ ਮੌਜੂਦ ਨੇ, ਵਿਜੇ ਮੌਰੀਆ ਮੌਜੂਦ ਨੇ, ਬਹੁਤ ਬਹੁਤ ਸਵਾਗਤ ਹੈ ਜੀ। ਮੇਰਾ ਸਭ ਤੋਂ ਪਹਿਲਾਂ ਸਵਾਲ ਤੁਹਾਡੇ ਕੋਲ ਜਾਊਂਗਾ, ਪਾਰਲੀਮੈਂਟ ਦਾ ਜਿਹੜਾ ਇਹ ਸੈਸ਼ਨ ਹੈ, ਕੀ ਲੱਗਦਾ ਹੈ ਪੰਜਾਬ ਦੇ ਮੁੱਦੇ ਗੂੰਜਣਗੇ? ਪਹਿਲਾ ਦਿਨ ਤਾਂ ਚਲੋ ਸ਼ੁਰੂਆਤੀ ਸੀ, ਆਉਂਦੇ ਦਿਨਾਂ 'ਚ ਕਿ ਪੰਜਾਬ ਦਾ ਮਸਲਾ ਉੱਠੇਗਾ ਕੋਈ? ਦੇਖੋ ਡੱਲਾ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਲੋਕ ਸਭਾ ਦਾ ਇਜਲਾਸ ਜਿਹੜਾ 6 ਤੋਂ ਸ਼ੁਰੂ ਹੋਣ ਜਾ ਰਿਹਾ, ਇਹਦੇ ਵਿੱਚ ਮੁੱਦੇ ਤਾਂ ਉੱਠਣੇ ਲਾਜ਼ਮੀ ਹੈ, ਕਿਉਂਕਿ ਕਾਂਗਰਸ ਸਰਕਾਰ ਜ਼ਰੂਰ NDA ਸਰਕਾਰ ਨੂੰ ਘੇਰੇਗੀ। ਇਹਦੇ ਵਿੱਚ ਇੱਕ ਹੋਰ ਗੱਲ ਮੇਨ ਹੈ ਵੀ ਉਹ ਇਹ ਵੀ ਪਹਿਲਾਂ ਤਾਂ ਇਹੀ ਉਹਨਾਂ 'ਤੇ ਦਬਾਅ ਪਾ ਰਹੀ ਹੈ ਵੀ ਇਹ ਸੈਸ਼ਨ ਬਹੁਤ ਛੋਟਾ, ਇਹਨੂੰ ਵੱਡਾ ਕਰੋ। ਜੀ, ਮੈਂ ਪੰਜਾਬ ਦੇ ਮੁੱਦੇ 'ਤੇ ਜਾਊਂਗਾ ਪਹਿਲਾਂ। ਆ ਜੀਏ ਭਗਵੰਤ ਮਾਨ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸੁਨੀਲ ਜਾਖੜ ਸਾਹਿਬ, ਜੀ ਜੀ, ਕੀ ਲੱਗਦਾ ਕਿਹੜੀ ਕਿਹੜੀ ਗੱਲ ਉੱਥੇ ਕਰ ਸਕਦੇ ਨੇ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਿਆ? ਦੇਖੋ ਜੇ ਭਗਵੰਤ ਮਾਨ ਦੀ ਪਹਿਲਾਂ ਗੱਲ ਕਰੀਏ ਤਾਂ ਉਹਨਾਂ ਨੇ ਹੁਣੇ ਜਿਹੜਾ ਸੈਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਗੱਲ ਚੱਲੀ ਸੀ, ਉਹਦੇ ਸਭ ਤੋਂ ਵੱਡਾ ਉਹਨਾਂ ਨੇ ਕਿਹਾ ਵੀ ਸਾਡੀ ਜਿਹੜਾ ਵਿਰੋਧੀ ਧਿਰ ਦਾ ਨੇਤਾ ਆਪਣਾ ਖਹਿਰਾ ਸਾਹਿਬ, ਉਹਨਾਂ 'ਤੇ ਉਹਨਾਂ ਨੇ ਨਿੰਦਾ ਦਾ ਪ੍ਰਸਤਾਵ ਜਿਹੜਾ ਪਾਸ ਕੀਤਾ ਉਹ ਭੇਜਿਆ ਅਦਾਲਤ ਨੂੰ, ਬਹੁਤ ਵੱਡੀ ਗੱਲ ਹੈ। ਉਹ ਕਹਿੰਦੇ ਅੱਜ ਤੱਕ ਜੇ ਨਿੰਦਾ ਦਾ ਪ੍ਰਸਤਾਵ ਪਾਸ ਕੀਤਾ ਪਹਿਲੀ ਦਫਾ ਹੋਇਆ। ਜੇ ਕਹਿੰਦੇ ਪ੍ਰਸਤਾਵ ਪਾਸ ਕਰਨਾ ਸੀ, ਕਿਆ ਕਿਸਾਨਾਂ ਦੇ ਮੁੱਦਿਆਂ 'ਤੇ ਨਹੀਂ ਪਾਸ ਕਰ ਸਕਦੇ ਸੀ? ਪਾਸ ਕਰਨਾ ਸੀ ਉਦਯੋਗ ਜਿਹੜੇ ਜਾ ਰਹੇ ਨੇ ਬਹਿ ਰਹੇ ਨੇ, ਜਾਂ ਤੁਹਾਡੀ ਨੋਟਬੰਦੀ ਹੋਈ ਉਹਦੇ 'ਤੇ ਪ੍ਰਸਤਾਵ ਪਾਸ ਕਰਨਾ ਚਾਹੀਦਾ ਸੀ, ਕੀ ਤੁਹਾਨੂੰ ਮਹਿਲਾ ਸੁਰੱਖਿਆ 'ਤੇ ਪ੍ਰਸਤਾਵ ਪਾਸ ਨਹੀਂ ਕਰਨਾ ਚਾਹੀਦਾ ਸੀ? ਉਹਨਾਂ ਨੇ ਬਹੁਤ ਇੱਦਾਂ ਦੇ ਪ੍ਰਸਤਾਵ ਗਿਣਾ 'ਤੇ ਜਿਹੜੇ ਕਿ ਅਹਿਮ ਜ਼ਰੂਰੀ ਸੀ, ਕਹਿੰਦੇ ਵੀ ਇਹ ਜਿਹੜਾ ਨਿੰਦਾ ਦਾ ਪ੍ਰਸਤਾਵ ਤੁਸੀਂ ਪਾਸ ਕੀਤਾ ਬਹੁਤ ਵੱਡੀ ਗੱਲ ਆ, ਇਹਦਾ ਮੈਂ ਮੁੱਦਾ ਜਿਹੜਾ ਹੈ ਇਹ ਮੈਂ ਲੋਕ ਸਭਾ 'ਚ ਉਠਾਊਂਗਾ। ਹੁਣ ਮੈਨੂੰ ਲੱਗਦਾ ਭਗਵੰਤ ਮਾਨ ਨੇ ਜੋ ਵਾਅਦਾ ਕੀਤਾ ਇੱਥੇ ਪ੍ਰੈਸ ਕਾਨਫਰੰਸ ਮੀਡੀਆ ਦੇ ਸਾਹਮਣੇ ਕਿਹਾ ਵੀ ਮੈਂ ਇਹ ਜਿਹੜਾ ਪੰਜਾਬ ਕਾਂਗਰਸ ਨੇ ਸੈਸ਼ਨ ਦੇ ਵਿੱਚ ਨਿੰਦਾ ਦਾ ਪ੍ਰਸਤਾਵ ਜਿਹੜਾ ਸਾਡਾ ਪਾਸ ਕੀਤਾ, ਬਹੁਤ ਇਹ ਮੰਦਭਾਗੀ ਕਹਿੰਦੇ ਘਟਨਾ ਕੀਤੀ ਹੈ ਸਾਡੇ ਲਈ, ਆਮ ਆਦਮੀ ਪਾਰਟੀ ਖਾਸ ਕਰਕੇ ਸੁਖਵਾਲ ਖਹਿਰਾ ਔਰ ਆਪਣਾ ਬਸੰਤ ਆਪਣੇ ਬੈਂਸ ਸਾਹਿਬ ਦੇ ਉੱਤੇ, ਉਹ ਕਹਿੰਦੇ ਨਹੀਂ ਹੋਣਾ ਚਾਹੀਦਾ ਸੀ, ਉਹਦੀ ਅਸੀਂ ਘੋਰ ਨਿੰਦਾ ਕਰਦੇ। ਔਰ ਇਹ ਮਸਲਾ ਵਾਕਈ ਮੈਨੂੰ ਲੱਗਦਾ ਪਈ 101% ਇਹ ਭਗਵੰਤ ਮਾਨ ਉੱਥੇ ਮੁੱਦਾ ਉਠਾਉਣਗੇ। ਬਾਕੀ ਜਿਹੜੇ ਸੁਨੀਲ ਜਾਖੜ ਜੀ ਦੀ ਗੱਲ ਕੀਤੀ ਹੈ ਉਹ ਵੀ ਕਿਸਾਨ, ਮੈਂ ਵਾਪਸ ਆਉਣਾ ਮੋਰੇ ਸਾਹਿਬ, ਕਿਹੜੇ ਕਿਹੜੇ ਪੰਜਾਬ ਦੇ ਮੁੱਦੇ ਨੇ ਜਿਹੜੇ ਚੱਕੇ ਜਾਣੇ ਚਾਹੀਦੇ ਨੇ ਪਾਰਲੀਮੈਂਟ ਸੈਸ਼ਨ ਦੇ ਦੌਰਾਨ? ਹਾਲਾਂਕਿ ਸਵਾਲ ਦਿੱਤੇ ਹੋਣੇ ਆ ਬਹੁਤ ਸਾਰੇ ਸਾਡੇ ਮੈਂਬਰ ਜਿਹੜੇ ਪਾਰਲੀਮੈਂਟ ਨੇ। ਬਿਲਕੁਲ ਡੱਲਾ ਸਾਹਿਬ, ਇਸ ਸਮੇਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਭਖਦਾ ਹੋਇਆ ਮੁੱਦਾ ਹੈਗਾ
ਉਹ ਇੱਕ ਤਾਂ ਪਹਿਲਾਂ ਦਰਬਾਰ ਸਾਹਿਬ ਨਾਲ ਜੁੜਿਆ ਹੋਇਆ ਜੀ, ਉਹਦੇ 'ਚ ਇਹ ਹੈ ਕਿ ਜਿਹੜਾ ਜੀ ਐਸ ਟੀ ਟੈਕਸ ਨੂੰ ਲੈ ਕੇ ਉੱਥੇ ਦੀ ਜਿਹੜੀ ਲੰਗਰ ਵਿਵਸਥਾ ਹੈ ਉਹਨੂੰ ਬਾਹਰ ਰੱਖਣ ਦੀ ਗੱਲ ਕੀਤੀ ਹੈ ਜੀ। ਉਹਦੇ 'ਚ ਕੈਪਟਨ ਸਾਹਿਬ ਨੇ ਵੀ ਕਿਹਾ ਸੀਗਾ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਬਹੁਤ ਉਚੱਜੇ ਤੌਰ 'ਤੇ ਇਹ ਮੁੱਦਾ ਚੱਕਿਆ ਸੀਗਾ ਅਤੇ ਇਹਦੇ 'ਚ ਇੱਕ ਦੂਜੇ ਨੂੰ ਇਹ ਆਰੋਪ ਵੀ ਲਾਉਂਦੇ ਨੇ ਕਿ ਉਹਨਾਂ ਨੇ ਨਹੀਂ ਚੱਕਿਆ, ਇਹਨਾਂ ਨੇ ਨਹੀਂ ਚੱਕਿਆ। ਮਨਪ੍ਰੀਤ ਬਾਦਲ ਨੇ ਵੀ ਇਹ ਗੱਲ ਕੀਤੀ ਸੀ ਜੀ ਕਿ ਇਹਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਬੀਬਾ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੀ ਬੰਦੀ ਕਿਉਂਕਿ ਉਹ ਸੈਂਟਰ ਸਰਕਾਰ ਦੀ ਭਾਗੀਦਾਰ ਹੈ, ਉਹ ਇਹਨੂੰ ਜੀ ਐਸ ਟੀ ਤੋਂ ਮਾਫ਼ ਕਰਾਉਣ, ਇਹਨੂੰ ਬਾਹਰ ਰੱਖਣ ਦਾਇਰੇ ਤੋਂ। ਇਹ ਹੁਣ ਦੇਖਣਾ ਪਏਗਾ ਬੀਬੀ ਹਰਸਿਮਰਤ ਕੌਰ ਬਾਦਲ ਇਸ ਨੂੰ ਉੱਥੇ ਸੰਸਦ 'ਚ ਚੱਕਦੇ ਜਾਂ ਨਹੀਂ ਚੱਕਦੇ। ਮੇਰਾ ਸਾਹਿਬ ਗੱਲ ਬੜੀ ਮੌਰੀਆ ਸਾਹਿਬ ਨੇ ਪਤੇ ਦੀ ਚੱਕੀ ਹੈ, ਬਾਕੀ ਮੁੱਦਿਆਂ 'ਤੇ ਵੀ ਆਉਣਾ ਜੀ ਜੀ। ਕੀ ਲੱਗਦਾ ਇਹ ਇਸ ਮੁੱਦੇ 'ਤੇ ਤਾਂ ਪੰਜਾਬ ਦੇ ਜਿਹੜੇ ਸਾਰੇ ਮੈਂਬਰ ਪਾਰਲੀਮੈਂਟ ਨੇ ਉਹਨਾਂ 'ਚ ਸਹਿਮਤੀ ਵੀ ਬਣ ਸਕਦੀ ਹੈ? ਬਿਲਕੁਲ, ਦੇਖੋ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਕੈਪਟਨ ਸਾਹਿਬ ਨੇ ਇੱਕ ਸਪੈਸ਼ਲ ਤੌਰ 'ਤੇ ਜਦੋਂ ਇਹ ਮੁੱਦਾ ਉੱਠਿਆ ਉਦੋਂ ਗੱਲ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਦੋਂ ਸਾਡੀ ਕਾਂਗਰਸ ਸਰਕਾਰ ਇਸ ਸੂਬੇ ਦੇ ਵਿੱਚ ਸੀਗੀ ਅਸੀਂ ਬਿਲਕੁਲ ਉੱਥੇ ਸੇਲ ਟੈਕਸ ਰਹਿਤ ਕੀਤਾ ਸੀ, ਅਸੀਂ ਜਿਹੜਾ ਵੀ ਰਾਸ਼ਨ ਜਿਹੜੀ ਮਸ਼ੀਨਰੀ ਹਰਿਮੰਦਰ ਸਾਹਿਬ ਦੇ ਵਿੱਚ ਯੂਜ਼ ਹੁੰਦੀ ਸੀ ਜਿਹੜਾ ਉੱਥੋਂ ਰਾਸ਼ਨ ਬਣਦਾ ਸੀ ਜਾਂ ਉੱਥੇ ਰਾਸ਼ਨ ਜਾਂਦਾ ਸੀ ਉੱਥੇ ਅਸੀਂ ਸੇਲ ਟੈਕਸ ਉਹਦਾ ਟੈਕਸ ਫਰੀ ਕੀਤਾ ਸੀ, ਇਹ ਅਕਾਲੀ ਦਲ ਨੇ ਆ ਕੇ ਜ਼ਰੂਰ ਕੀਤਾ, ਇਹ ਬੀਜੇਪੀ ਦੀ ਜਿਹੜੀ ਸਰਕਾਰ ਆ ਉਹਨੇ ਜੀ ਐਸ ਟੀ ਲਾਇਆ, ਅਸੀਂ ਇਹਦੀ ਘੋਰ ਨਿੰਦਾ ਕਰਦੇ ਔਰ ਅਸੀਂ ਇਹਦਾ ਮੁੱਦਾ ਉਠਾਵਾਂਗੇ ਔਰ ਲੋਕ ਸਭਾ ਦੇ ਵਿੱਚ ਅਸੀਂ ਮੁੱਦੇ ਦੇ ਵਿੱਚ ਇਹਨੂੰ ਰਹਿਤ ਕਰਾਵਾਂਗੇ ਜੀ ਐਸ ਟੀ ਤੋਂ ਪੂਰਾ ਇਹਦਾ ਜਿਹੜਾ ਟੈਕਸ ਫਰੀ ਪਹਿਲ ਦੇ ਆਧਾਰ 'ਤੇ ਮਾਰੇ ਸਾਹਿਬ ਮੁੱਦਾ ਚੱਕਣਾ ਚਾਹੀਦਾ ਸਾਡੇ ਮੈਂਬਰ ਪਾਰਲੀਮੈਂਟ ਆਪਣੇ ਜਿਹੜੇ ਨਵੇਂ ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਬਣੇ ਨੇ ਗੋਬਿੰਦ ਸਿੰਘ ਲੌਂਗੋਵਾਲ ਸੋਰੀ, ਅਤੇ ਉਹਨਾਂ ਨੇ ਵੀ ਕਿਹਾ ਕਿ ਵੀ ਇਸ ਮੁੱਦੇ 'ਤੇ ਅਸੀਂ ਗੱਲਬਾਤ ਕਰਾਂਗੇ। ਔਰ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦਾ ਕਿ ਹਰਸਿਮਰਤ ਕੌਰ ਬਾਦਲ ਨੇ ਅਗਰ ਜਿਵੇਂ ਇਹਨਾਂ ਦੀ ਐਨ ਡੀ ਏ ਸਰਕਾਰ ਨਾਲ ਕੋਲੀਸ਼ਨ ਗਵਰਨਮੈਂਟ ਹੈ ਜੀ, ਉਹਦੇ 'ਚ ਕੋਈ ਜਿਵੇਂ ਹੁੰਦਾ ਕਿ ਇਹ ਕਿਉਂਕਿ ਮੁੱਦਾ ਪੰਜਾਬ 'ਚ ਬਹੁਤ ਭਖਿਆ ਪਿਆ, ਅਗਰ ਇਹਨਾਂ ਨੇ ਨਾ ਗੱਲ ਕੀਤੀ ਇਸ ਮੁੱਦੇ ਨੂੰ ਨਾ ਉੱਥੇ ਚੱਕਿਆ ਦੁਬਾਰਾ, ਤਾਂ ਇਹਦੇ 'ਚ ਮੈਂ ਸਮਝਦਾ ਕਿ ਅਕਾਲੀ ਦਲ ਨੂੰ ਵੀ ਬਹੁਤ ਬੁਰੀ ਸਥਿਤੀ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਸੈਂਟਰ ਸਰਕਾਰ ਇਹਨਾਂ ਦੀ ਭਾਈਵਾਲ ਦੀ ਹੈ ਅਤੇ ਕਾਂਗਰਸ ਚਾਹੁੰਦੀ ਹੈ ਕਿ ਇਹ ਮਾਫ਼ ਕਰਾਉਣ ਕਿਉਂਕਿ ਉਹਨਾਂ ਦੀ ਡਿਊਟੀ ਬਣਦੀ ਹੈ ਸੈਂਟਰ ਸਰਕਾਰ ਨੂੰ ਕਹਿ ਕੇ, ਅਗਰ ਕਿਉਂਕਿ ਕੈਪਟਨ ਦੇ ਹੱਥ ਸਿੱਧੇ ਇਹਦੇ 'ਚ ਨਹੀਂ ਜਾਂਦੇ ਜੀ, ਇਹਦੇ 'ਚ ਸੈਂਟਰ ਦਾ ਹੀ ਸਾਰਾ ਕੰਮ ਹੈਗਾ ਜੀ, ਔਰ ਇਸ ਲਈ ਕੈਪਟਨ ਔਰ ਕਾਂਗਰਸ ਚਾਹੁੰਦੀ ਹੈ ਕਿ ਇਹ ਉਹਨਾਂ 'ਤੇ ਦਬਾਅ ਪਵਾ ਕੇ ਉਹਨੂੰ ਜੀ ਐਸ ਟੀ ਤੋਂ ਮੁਕਤ ਕਰਾਉਣ ਜੀ ਜੀ ਜੀ। ਹੋਰ ਕਿਹੜਾ ਮੁੱਦਾ ਆ ਸਕਦਾ ਜੀ? ਇਹ ਤਾਂ ਬੜਾ ਅਹਿਮ ਮੁੱਦਾ, ਜ਼ਰੂਰ ਅਗਰ ਇਹ ਵਿਚਾਰਿਆ ਜਾਵੇ ਅਤੇ ਜਿਹੜਾ ਟੈਕਸ ਮਾਫ਼ੀ ਹੋ ਜਾਏ ਦਰਬਾਰ ਸਾਹਿਬ ਦੇ ਵਿੱਚ ਲੰਗਰ 'ਤੇ ਤਾਂ ਬਹੁਤ ਵੱਡੀ ਪ੍ਰਾਪਤੀ ਹੈ। ਨਹੀਂ ਦੇਖੋ ਮੁੱਦੇ ਕਈ ਨੇ, ਗੰਨੇ ਨੂੰ ਲੈ ਕੇ ਇਹਨਾਂ ਨੇ ਐਮ ਐਸ ਪੀ ਵਧਾਉਣ ਦੀ ਗੱਲ ਕੀਤੀ, ਹਾਲਾਂਕਿ ਪੰਜਾਬ ਸਰਕਾਰ ਨੇ 10 ਰੁਪਏ ਵਧਾਏ ਨੇ ਬੋਨਸ ਵਗੈਰਾ, ਪਰ ਇਹ ਸੈਂਟਰ ਦੀ ਵੀ ਜ਼ਿੰਮੇਵਾਰੀ ਬਣਦੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹੈ ਉਹਨੂੰ ਇੱਕ ਕੋਈ ਨੈਸ਼ਨਲ ਪਾਲਿਸੀ ਬਣਾ ਕੇ ਕਿਸਾਨਾਂ ਨੂੰ ਰਾਹਤ ਦੇਣ ਦਾ ਕੋਈ ਕਾਰਜਕ੍ਰਮ ਲਿਖਣਾ ਚਾਹੀਦਾ, ਕਿਉਂਕਿ ਕੁਝ ਸਮਾਂ ਪਹਿਲਾਂ ਇਹ ਗੱਲ ਉੱਠੀ ਸੀ ਕਿ ਪੰਜਾਬ ਨੂੰ ਕਿਉਂ ਨਾ ਵਿਸ਼ੇਸ਼ ਦਰਜਾ ਦਿੱਤਾ ਜਾਵੇ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਹਰੀ ਕ੍ਰਾਂਤੀ ਵੇਲੇ ਤੋਂ ਸਾਡੇ ਕਿਸਾਨਾਂ ਨੇ ਆਪਣੀ ਮਿਹਨਤ ਦੇ ਨਾਲ ਪੂਰੇ ਦੇਸ਼ ਨੂੰ ਆਉਣ 'ਚ ਸੁਰੱਖਿਆ ਦਿੱਤੀ ਹੈ, ਜਦੋਂ ਸਾਡੀਆਂ ਫਸਲਾਂ ਦਾ ਨੁਕਸਾਨ ਹੁੰਦਾ, ਸਾਡਾ ਉਤਪਾਦਨ ਘੱਟਦਾ, ਸਾਡੇ 'ਤੇ ਕਰਜ਼ੇ ਆਉਂਦੇ ਆ, ਕਿਉਂ ਨਹੀਂ ਪੰਜਾਬ ਨੂੰ ਸਪੈਸ਼ਲ ਦਰਜਾ ਦਿੱਤਾ ਜਾਵੇ ਖੇਤੀਬਾੜੀ ਦੇ ਸੈਕਟਰ ਦੇ ਵਿੱਚ, ਇਹ ਮੰਗ ਉੱਠਦੀ ਤੁਹਾਨੂੰ ਨਜ਼ਰ ਆਉਂਦੀ ਹੈ? ਨਹੀਂ ਬਿਲਕੁਲ, ਇਹ ਅੱਜ ਜ਼ਰੂਰਤ ਹੈ ਪੰਜਾਬ ਦੀ। ਦੇਖੋ ਇੱਕ ਤਾਂ ਬਾਰਡਰ ਸਟੇਟ ਏਰੀਆ ਆਪਣਾ ਪੰਜਾਬ, ਔਰ ਉੱਤੋਂ ਜਿਹੜੀ ਕਿਸਾਨੀ ਹੈ ਬੜੇ ਘਾਟੇ ਦਾ ਸੌਦਾ ਚੱਲ ਰਹੀ ਹੈ, ਸਰਕਾਰ ਡਾਈਵਰਸੀਫਿਕੇਸ਼ਨ ਦੀ ਗੱਲਾਂ ਕਰਦੀ ਹੈ ਉਹ ਵੀ ਨਹੀਂ ਪੂਰਾ ਹੋ ਰਿਹਾ, ਕਿਸਾਨ ਆਪਣੇ ਪੈਸੇ ਵਿੱਚ ਬਣਾਉਣ ਲਈ ਝੋਨੇ ਅਤੇ ਕਣਕ ਦੀ ਖੇਤੀ ਕਰਦਾ, ਉਹਦੇ 'ਚ ਵੀ ਉਹਨਾਂ ਨੂੰ ਕੁਛ ਵਿਚਾਰਿਆਂ ਨੂੰ ਮਿਲਦਾ ਨਹੀਂ, ਕਦੇ ਮੀਂਹ ਪੈ ਗਿਆ ਉਹਦੇ ਨਾਲ ਫਸਲ ਖਰਾਬ ਹੋਈ, ਕੀੜੇ ਲੱਗ ਗਏ, ਤਾਂ ਸਰਕਾਰ ਨੂੰ ਸੈਂਟਰ ਸਰਕਾਰ ਔਰ ਖਾਸ ਕਰਕੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬਾਂ ਨੂੰ ਚਾਹੀਦਾ ਕਿ ਉਹ ਸੰਸਦ 'ਚ ਆਪਣੀ ਇਸ ਆਵਾਜ਼ ਨੂੰ ਬੁਲੰਦ ਕਰਨ ਕਿ ਕਿਸਾਨੀ ਨੂੰ ਬਚਾਉਣ ਲਈ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਉਭਾਰਨ ਲਈ ਕੋਈ ਪਾਲਿਸੀ ਬਣਾਈ ਜਾਵੇ। ਜੀ ਜੀ ਮੇਰਾ ਸਾਹਿਬ, ਥੋੜ੍ਹੀ ਟਿੱਪਣੀ। ਦੇਖੋ ਜਿਸ ਤਰ੍ਹਾਂ ਇਹਨਾਂ ਨੇ ਗੱਲ ਕਹੀ ਹੈ ਕਿਸਾਨੀ ਨੂੰ ਬਚਾਉਣ ਵਾਸਤੇ ਕੋਈ ਨਾ ਕੋਈ ਜਿਹੜੀ ਪਾਲਿਸੀ ਬਣਾਉਣੀ ਚਾਹੀਦੀ ਹੈ, ਦੇਖੋ ਕਿਸਾਨ ਅੱਜ ਜਿਹੜਾ ਮਰ ਰਿਹਾ ਨਾ, ਜਿਹੜਾ ਆਤਮ ਹੱਤਿਆ ਕਰ ਰਿਹਾ ਉਹ ਛੋਟਾ ਕਿਸਾਨ ਆ ਔਰ ਛੋਟੇ ਕਰਜ਼ੇ ਵਾਲਾ ਮਰ ਰਿਹਾ, ਵੱਡਾ ਕਿਸਾਨ ਵੱਡੇ ਕਰਜ਼ੇ ਵਾਲਾ ਨਹੀਂ ਮਰ ਰਿਹਾ, ਛੋਟਾ ਕਿਸਾਨ ਛੋਟੇ ਕਰਜ਼ੇ ਵਾਲਾ ਮਰ ਰਿਹਾ। ਹਮੇਸ਼ਾ ਅਸੀਂ ਰੋਜ਼ ਦੇਖੀਦਾ, ਰੋਜ਼ ਅਖਬਾਰਾਂ 'ਚ ਪੜ੍ਹੀਦਾ ਵੀ ਕਿਸੇ ਦਾ 2.5 ਲੱਖ ਦਾ ਖਰਚਾ, ਕਿਸੇ ਦਾ 5 ਲੱਖ ਦਾ ਖਰਚਾ, ਇਹ ਸਰਕਾਰ ਕਿਉਂ ਨਹੀਂ ਸੋਚਦੀ? ਇਹਦਾ ਮੁੱਦਾ ਸੁਨੀਲ ਜਾਖੜ ਨੇ ਕਿਹਾ ਸੀ, ਮੈਂ ਜ਼ਰੂਰ ਉਠਾਵਾਂਗਾ, ਔਰ ਇਹ ਮੁੱਦਾ ਜਿਹੜਾ ਹੈਗਾ ਬਹੁਤ ਵੱਡਾ ਮੁੱਦਾ ਹੈਗਾ, ਕਿਉਂਕਿ ਇਸ ਵੇਲੇ ਦੇਖੋ 17.5 ਲੱਖ ਕਿਸਾਨ ਆ ਜਿਨ੍ਹਾਂ ਦੇ ਇਹਨਾਂ ਨੇ ਕਿਹਾ ਸੀ ਅਸੀਂ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਸੀਂ ਇਹਨਾਂ ਦਾ ਕਰਜ਼ਾ ਮਾਫ਼ ਕਰਾਂਗੇ, ਹਾਲੇ ਉਹ ਕਹਿੰਦੇ ਪਹਿਲੇ ਦੌਰ 'ਤੇ ਜਦੋਂ ਸਾਨੂੰ ਕੇਂਦਰ ਸਰਕਾਰ ਪੈਸਾ ਰਿਲੀਜ਼ ਕਰ ਦੇਗੀ ਸਾਡਾ ਜੀ ਐਸ ਟੀ ਦਾ, ਅਸੀਂ ਉਦੋਂ 10 ਲੱਖ ਕਿਸਾਨਾਂ ਨੂੰ ਪਹਿਲਾਂ ਦੇਵਾਂਗੇ ਪਹਿਲੇ ਦੌਰ ਦੇ ਵਿੱਚ, ਹਾਲੇ ਬਾਕੀ 17.5 ਲੱਖ ਕਿਸਾਨ ਤਾਂ ਹਾਲੇ ਮਤਲਬ 7 ਲੱਖ ਕਿਸਾਨਾਂ ਨੂੰ ਹਾਲੇ ਨਹੀਂ ਮਿਲਣਾ, ਪਹਿਲਾਂ 10 ਲੱਖ ਕਿਸਾਨਾਂ ਨੂੰ ਮਿਲਣਾ, ਤਾਂ ਇਹ ਵੀ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਕਿਸਾਨ ਦੇ ਨਾਲ ਹੀ ਪੂਰਾ ਸਾਡਾ ਪੰਜਾਬ ਨਹੀਂ ਪੂਰਾ ਦੇਸ਼ ਨਿਰਭਰ ਹੈ, ਕਿਸਾਨ ਸਾਡੀ ਜਿਹੜਾ ਸੋਨਾ ਉਗਾਉਂਦਾ ਉਹਦੇ ਵਾਸਤੇ ਸੋਚਣਾ ਚਾਹੀਦਾ, ਇਹ ਮੁੱਦਾ ਬਹੁਤ ਅਹਿਮ ਮੁੱਦਾ ਜਿਹੜਾ ਮੋਰੇ ਜੀ ਨੇ ਕਿਹਾ ਇਹ ਸਭ ਤੋਂ ਵੱਡਾ ਉਠਾਉਣਾ ਚਾਹੀਦਾ ਤਾਂ ਕਿ ਕੋਈ ਵੀ ਸਾਡਾ ਕਿਸਾਨ ਆਤਮ
ਉਹਨਾਂ ਨੂੰ ਪ੍ਰੋਪਰ ਟੈਕਸ ਪ੍ਰਣਾਲੀ ਦੇ ਅੰਡਰ ਲੈਣਾ ਚਾਹੀਦਾ, ਉਹਨਾਂ ਨੂੰ ਸਬਸਿਡੀ ਦੇਣੀ ਚਾਹੀਦੀ ਹੈ, ਕਿਉਂਕਿ ਦੂਸਰੇ ਸਟੇਟਾਂ ਨੂੰ ਤੁਸੀਂ ਸਬਸਿਡੀ ਦਿੰਦੇ ਹੋ। ਇਸ ਜਿਹੜਾ ਸਰਹੱਦੀ ਏਰੀਆ ਉਹਦੇ ਵਿੱਚ ਸਾਨੂੰ ਬਹੁਤ ਡਰ ਹੈ, ਉੱਥੇ ਲੇਬਰ ਵੀ ਬਹੁਤ ਘੱਟ ਆਉਂਦੀ ਹੈ, ਉੱਥੇ ਜਿਹੜੇ ਇੰਡਸਟਰੀ ਆ ਉਹ ਵੀ ਬਹੁਤ ਘੱਟ ਹੈ। ਇਸ ਕਰਕੇ ਉਹਨੂੰ ਪ੍ਰਫੁੱਲਤ ਕਰਨ ਲਈ, ਉਹਨੂੰ ਬੜਾਵਾ ਦੇਣ ਲਈ ਉਹਦੇ ਵਾਸਤੇ ਵਿਸ਼ੇਸ਼ ਇੱਕ ਪੈਕੇਜ ਦੇਣਾ ਚਾਹੀਦਾ। ਇਹ ਸੁਨੀਲ ਜਾਖੜ ਜੀ ਨੇ ਕਿਹਾ ਵੀ ਹੁਣ ਦੇਖੋ ਇਹ ਵਿਧਾਨ ਸਭਾ 'ਚ ਮੁੱਦਾ ਲਿਆਉਂਦੇ ਨਹੀਂ ਲਿਆਉਂਦੇ, ਉਦੋਂ ਤੋਂ ਉਹਨਾਂ ਨੇ ਗੱਲ ਕੀਤੀ ਹੈ, ਹੁਣ ਉਹਨਾਂ ਨੂੰ ਲਿਆਉਣਾ ਵੀ ਚਾਹੀਦਾ, ਕਿਉਂਕਿ ਇਹ ਇਸ ਵੇਲੇ ਉਹ ਮੈਂਬਰ ਪਾਰਲੀਮੈਂਟ ਬਣ ਵੀ ਗਏ ਨੇ ਜੀ। ਹੁਣ ਉਹਨਾਂ ਨੂੰ ਚਾਹੀਦਾ ਵੀ ਉੱਥੇ ਆਪਣਾ ਜੇ ਮੁੱਦਾ ਜਿਹੜਾ ਉਹਨਾਂ ਨੇ ਗੱਲ ਕਹੀ ਲਿਆਉਣ, ਤਾਂ ਬਹੁਤ ਵਧੀਆ ਗੱਲ ਹੈ, ਤਾਂ ਕਿ ਜਿਹੜੇ ਸਾਡੇ ਸਰਦੀ ਏਰੀਆ ਹੈ ਉਹਨਾਂ ਨੂੰ ਇਹ ਉਦਯੋਗ ਜਿਹੜਾ ਉਹ ਬੜਾਵਾ ਮਿਲੇ ਔਰ ਪ੍ਰਫੁੱਲਤ ਹੋਵੇ ਔਰ ਨਾਲ ਦੀ ਨਾਲ ਕਿਸਾਨਾਂ ਨੂੰ ਵੀ ਉਹਦਾ ਫਾਇਦਾ ਮਿਲੇ। ਬਿਲਕੁਲ, ਇੱਕ ਗੱਲ ਹੋਰ ਹੈ ਜੀ, ਸਾਡੇ ਸਾਥੀ ਜੀ ਨੇ ਦੱਸਿਆ ਮੇਰਾ ਸਾਹਿਬ ਨੇ ਕਿ ਤੁਸੀਂ ਦੇਖੋ ਹਿਮਾਚਲ ਸਰਕਾਰ, ਹਿਮਾਚਲ ਦੇ ਵਿੱਚ ਜਿਹੜੇ ਟੈਕਸਿਸ ਨੇ ਉਹ ਪੰਜਾਬ ਨਾਲੇ ਬਹੁਤ ਘੱਟ ਨੇ, ਔਰ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਸੈਂਟਰ 'ਚ ਸਰਕਾਰ ਹੁੰਦੀ ਸੀ ਕਾਂਗਰਸ ਦੀ, ਉਦੋਂ ਰੌਲਾ ਬਹੁਤ ਪਾਉਂਦੇ ਸੀ ਵੀ ਸਾਡੇ ਨਾਲ ਪਕਸ਼ਪਾਤ ਬਹੁਤ ਕੀਤਾ ਗਿਆ, ਬੜਾ ਪਕਸ਼ਪਾਤ ਹੋ ਰਿਹਾ। ਹੁਣ ਚੁੱਕੀ ਇੰਡੀਆ ਦੀ ਸਰਕਾਰ ਹੈ, ਹੁਣ ਇਹ ਮੁੱਦਾ ਕਿਉਂ ਨਹੀਂ ਚੱਕਦੇ ਕਿ ਪੰਜਾਬ ਦੀ ਇੰਡਸਟਰੀ ਨੂੰ ਵਧਾਉਣ ਲਈ ਇੱਥੇ ਵੀ ਟੈਕਸ ਘਟਾਏ ਜਾਣ? ਅਤੇ ਹੁਣ ਮੇਰਾ ਮੰਨਣਾ ਕਿ ਪੰਜਾਬ ਦੇ ਜਿਹੜੇ ਅਕਾਲੀ ਦਲ ਦੇ ਖਾਸ ਕਰਕੇ ਜਿਹੜੇ ਸਾਂਸਦ ਨੇ ਸੁਖਵੀ ਆਪਣੇ ਬਾਦਲ ਹੈ ਉਹਨਾਂ ਨੂੰ ਜਾਂ ਚੰਦੂ ਮਾਜਰਾ ਸਾਹਿਬ, ਸੁਨੀਲ ਜਾਖੜ ਜੀ ਨੂੰ ਚੱਕਦੇ? ਗੱਲ ਅਕਾਲੀ ਦਲ ਔਰ ਕਾਂਗਰਸ ਦੀ ਨਹੀਂ ਹੈ, ਵੀ ਜਿਹੜੇ ਪੰਜਾਬ ਸਟੇਟ ਨੂੰ ਉਭਾਰਨ ਦੀ ਸਥਿਤੀ ਵਿੱਚ ਲਿਆਉਣਾ ਹੈਗਾ ਤਾਂ ਉਹ ਸਾਡੇ ਸਾਂਸਦਾਂ ਨੂੰ ਆਵਾਜ਼ ਚੱਕਣੀ ਪੈਣੀ। ਬਿਲਕੁਲ, ਮੈਂ ਇੱਕ ਸਵਾਲ ਬੜਾ ਹੈ, ਮੈਂ ਪੂਰੇ ਦੇਸ਼ ਦੇ ਜਿਹੜੇ ਵੱਖ ਵੱਖ ਸੂਬੇ ਆ ਮਹਿਰਾ ਸਾਹਿਬ ਔਰ ਮੌਰੀਆ ਸਾਹਿਬ, ਉਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਪਾਰਲੀਮੈਂਟ ਦੇ ਸੈਸ਼ਨ 'ਚ ਆਉਣ ਤੋਂ ਪਹਿਲਾਂ ਮੁਕੰਮਲ ਤਿਆਰੀ ਕਰਦੇ? ਬਹੁਤ ਸਾਰੇ ਸੂਬਿਆਂ ਦੇ ਵਿੱਚ ਆਲ ਪਾਰਟੀ ਮੀਟਿੰਗ ਕੀਤੀ ਜਾਂਦੀ ਹੈ, ਜਿਹਦੇ 'ਚ ਸਾਰੀਆਂ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਇਕੱਠੇ ਹੁੰਦੇ ਆ ਜੀ। ਫਿਰ ਉਹ ਦੇਖਦੇ ਆ ਕਿ ਸਾਡੇ ਸਟੇਟ ਦੇ ਮਸਲੇ ਆ ਜਿਹੜੇ ਅਸੀਂ ਕਿਹੜੇ ਲੈ ਕੇ ਜਾਣੇ ਆ, ਔਰ ਉਹ ਸਰਵਸੰਮਤੀ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਪੰਜਾਬ ਦੇ ਵਿੱਚ ਕੀ ਦਿੱਕਤ ਹੈ, ਪੰਜਾਬ ਦੇ ਮੈਂਬਰ ਪਾਰਲੀਮੈਂਟ ਕਿਉਂ ਨਹੀਂ ਇਕੱਠੇ ਹੋ ਪਾਉਂਦੇ ਕਿ ਅਸੀਂ ਕਿਸੇ ਮੁੱਦੇ 'ਤੇ ਇਕੱਠੇ ਹੋਈਏ ਪਾਰਲੀਮੈਂਟ 'ਚ ਜਾ ਕੇ? ਤੁਹਾਨੂੰ ਡੱਲਾ ਸਾਹਿਬ ਯਾਦ ਹੋਣਾ, ਪਿੱਛੇ ਜਿਹੀ 3 ਵਾਰੀ ਮੀਟਿੰਗ ਬੁਲਾਈ ਸੀ, ਔਰ 3 ਵਾਰੀ ਮੀਟਿੰਗ 'ਤੇ ਪੰਜਾਬ ਦੇ ਵਿੱਚ MP ਪਹੁੰਚ ਨਹੀਂ ਸਕੇ, 4 MP ਆਏ ਸੀ ਪਿੱਛੇ। ਉਹਨਾਂ ਨੇ 3 ਵਾਰੀ ਤਾਂ ਪਹਿਲਾਂ ਕੈਪਟਨ ਸਾਹਿਬ ਨੇ ਮੁਲਤਵੀ ਕਰਤੀ ਸੀ, ਉਸ ਤੋਂ ਬਾਅਦ ਜਦੋਂ ਕੀਤੀ ਤਾਂ ਸੁਨੀਲ ਜਾਖੜ ਜੀ ਨੇ ਉਹਨੂੰ ਕਹਿੰਦੇ ਜੀ ਅਸੀਂ ਇਹਨਾਂ ਦੇ ਜਦ ਤੱਕ ਕੈਪਟਨ ਸਾਹਿਬ ਨਹੀਂ ਆਉਣਗੇ ਉਹ ਆਪਣਾ ਮਾਨ ਸਾਹਿਬ ਕਹਿੰਦੇ ਅਸੀਂ ਨਹੀਂ ਜਾਣਾ। ਤੋ ਪਹਿਲਾਂ ਤਾਂ ਇਹਨਾਂ ਦੀ ਆਪਣੀ ਸਹਿਮਤੀ ਵੀ ਹੁੰਦੀ ਅਤੇ ਮੁੱਦੇ ਵਿਚਾਰਨ ਵਾਲੀ ਗੱਲ ਤਾਂ ਬਾਅਦ 'ਚ ਆ ਜਾਂਦੀ ਹੈ। ਜੇ ਇਹ ਪੰਜਾਬ ਦੀ ਬਿਹਤਰੀ ਚਾਹੁੰਦੇ ਆ ਤਾਂ ਇੱਕ ਪਲੇਟਫਾਰਮ 'ਤੇ ਆ ਕੇ ਇਹਨਾਂ ਨੂੰ ਆਪਣੇ ਮੁੱਦੇ ਰੱਖਣੇ ਚਾਹੀਦੇ, ਮੁੱਦਿਆਂ ਦੀ ਲੈ ਕੇ ਉਹਨਾਂ ਨੂੰ ਲੋਕ ਸਭਾ 'ਚ ਲਾਉਣਾ ਚਾਹੀਦਾ। ਹੁਣ ਤੁਸੀਂ ਦੇਖੋ ਲੋਕ ਸਭਾ 'ਚ 1 ਮਹੀਨਾ ਪਹਿਲਾਂ ਮੁੱਦੇ ਜਾਂਦੇ ਆ, ਉਹ ਉੱਥੇ ਸਕੂਟਨਿੰਗ ਹੁੰਦੀ ਆ, ਕਿਹੜਾ ਮੁੱਦਾ ਲੈਣਾ ਚਾਹੀਦਾ ਜਿੱਦਾਂ ਤੁਸੀਂ ਦੱਸਿਆ। ਜੇ ਤੁਸੀਂ ਮੁੱਦੇ ਹੀ ਨਹੀਂ ਪਹਿਲਾਂ ਭੇਜੋਗੇ, ਪਹਿਲਾਂ ਜੇ 10 ਮੁੱਦੇ ਭੇਜੋਗੇ ਉਹਦੇ ਵਿੱਚ ਚਲੋ ਸਵਾਲ ਤਾਂ ਇਹਨਾਂ ਨੇ ਜ਼ਰੂਰ ਭੇਜੇ ਹੋਣੇ, ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਆਪਣੇ ਆਪਣੇ ਪੱਧਰ 'ਤੇ ਸਵਾਲ ਡੱਲਾ ਸਾਹਿਬ। ਇੱਕ ਗੱਲ ਹੋਰ ਵੀ ਹੈ, ਤੁਸੀਂ ਪਿੱਛੇ ਅਖਬਾਰਾਂ ਵੀ ਪੜ੍ਹੋ ਅਤੇ ਕਈ ਇੱਦਾਂ ਦੇ ਬਿਆਨਾਤ ਵੀ ਆਏ ਨੇ ਕਿ ਪੰਜਾਬ ਦੇ ਜਿਹੜੇ ਕਈ ਪੂਰਵ, ਉਹਨਾਂ ਦਾ ਚਲੋ ਹੁਣ ਨਾਮ ਜ਼ਿਕਰ ਲੈਣੇ, ਕਈ ਸਰਵਾਸ ਹੋ ਚੁੱਕੇ ਆ, ਉਹਨਾਂ ਸੰਸਦਾਂ ਨੇ ਸੰਸਦ 'ਚ ਜਾ ਕੇ ਪੰਜਾਬ ਦੇ ਮੁੱਦੇ ਰੱਖੇ ਹੀ ਨਹੀਂ ਕਦੀ ਜੀ। ਬੜੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਸੰਸਦ ਸਾਡੇ ਪੰਜਾਬ ਦੇ ਜਾਂਦੇ ਨੇ, ਲੇਕਿਨ ਪੰਜਾਬ ਦੀ ਜਿਹੜੀ ਬਿਗ ਪ੍ਰੋਬਲਮ ਹੁੰਦੀ ਆ ਉਹਦੇ 'ਤੇ ਕਈ ਵਾਰੀ ਬੋਲਦੇ ਹੀ ਨਹੀਂ ਹੈਗੇ, ਜਿਹੜਾ ਕਿ ਬਹੁਤ ਜ਼ਿਆਦਾ ਮਾੜੀ ਗੱਲ ਹੈ। ਜਦਕਿ ਬਿਹਾਰ, UP ਆ, ਅਦਰ ਹੋਰ ਸਟੇਟਸ ਦੇ ਲੋਕ ਨੇ, ਉੱਥੇ ਦੇ MPs ਬੜੇ ਵੱਧ ਚੜ੍ਹ ਕੇ ਆਪਣੀ ਗੱਲਾਂ ਦੱਸਦੇ, ਲੇਕਿਨ ਪੰਜਾਬ ਦੇ ਵਿੱਚ ਇਹ ਪਤਾ ਨਹੀਂ ਹੈਰਾਨੀਜਨਕ ਗੱਲ ਹੈ ਕਿ ਆਪਣੇ ਬੰਦੇ ਜਿਹੜੇ ਸੰਸਦ ਜਾਂਦੇ ਨੇ ਉੱਥੇ ਪੰਜਾਬ ਦੀ ਸਮੱਸਿਆ ਨੂੰ ਕੋਈ ਗੱਲ ਹੀ ਨਹੀਂ ਰੱਖਦੇ, ਅਤੇ ਗੱਲ ਜੇ ਨਹੀਂ ਰੱਖਣਗੇ ਸਮੱਸਿਆ ਹੱਲ ਕਿੱਦਾਂ ਹੋਊਗੀ ਜੀ? ਮੈਨੂੰ ਦੇਖੋ ਲੱਗਦਾ ਡੱਲਾ ਸਾਹਿਬ ਇਹ ਜਿਹੜੀ ਨਾ ਇੱਕ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਜਿਹੜੇ ਵੀ ਜਿੱਤ ਕੇ ਆਉਂਦੇ ਆ ਇਹਨਾਂ ਨੂੰ ਤਾਂ ਇੱਕ ਪਹਿਲਾਂ ਟ੍ਰੇਨਿੰਗ ਕਰਾਉਣੀ ਚਾਹੀਦੀ ਹੈ ਵੀ ਤੁਸੀਂ ਪਹਿਲਾਂ ਲੋਕ ਸਭਾ ਸੈਸ਼ਨ ਦੇ ਵਿੱਚ ਬੋਲਣਾ ਕਿੱਦਾਂ, ਇਹਨਾਂ ਨੂੰ ਉੱਥੇ ਆਪਣਾ ਮੋਸ਼ਨ ਪਾਸ ਕਰਨਾ ਵੀ ਨਹੀਂ ਆਉਂਦਾ। ਟ੍ਰੇਨ ਲੋਕਾਂ ਨੂੰ ਪਾਰਲੀਮੈਂਟ ਨਹੀਂ ਕਰਾਉਂਦੇ ਨੇ, ਪਰ ਪਤਾ ਨਹੀਂ ਇਹ ਜਿਆਦਾ ਸਿੱਖਣ ਕਿ ਨਹੀਂ। ਮੈਂ ਉਹੀ ਕਹਿੰਦਾ ਉਹ ਵੀ ਢਿੱਲ ਹੈ, ਉਹ ਵੀ ਇੱਕ ਕਮੀ ਹੈ ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਕਿਉਂ ਨਹੀਂ ਉੱਥੇ ਮੁੱਦੇ ਉੱਠਦੇ, ਇਹ ਵੀ ਇੱਕ ਕਮੀ ਹੈ। ਜਿੱਦਾਂ ਮੌਰੀਆ ਸਾਹਿਬ ਨੇ ਕਿਹਾ ਵੀ ਉੱਥੇ ਬੋਲ ਨਹੀਂ ਪਾਉਂਦੇ ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੁੰਦੀ ਕਿੱਦਾਂ ਬੋਲਣਾ, ਕਿਹੜਾ ਮੁੱਦਾ ਅਸੀਂ ਉਠਾਉਣਾ। ਵਿਦੇਸ਼ ਜਾਣ ਤੋਂ ਪਹਿਲਾਂ ਤਾਂ ਆਈਲੈਟਸ ਦਾ ਕੋਰਸ ਕਰਕੇ ਸਾਡੇ ਵਿਦਿਆਰਥੀ ਵੀ ਅੰਗਰੇਜ਼ੀ ਬੋਲਣ ਲੱਗ ਜਾਂਦੇ ਨੇ, ਸੋ ਘੱਟੋ ਘੱਟ ਪੰਜਾਬੀ। ਅਗਰ ਤੁਸੀਂ ਇਹਨਾਂ ਦਾ ਪਿਛਲਾ ਬੈਕਗਰਾਊਂਡ ਕੱਢ ਲਓ ਵੀ ਕਿਹੜੇ ਪੰਜਾਬ ਦੇ ਮੈਂਬਰ ਪਾਰਟੀ ਨੇ ਕਿੰਨੇ ਕਿੰਨੇ ਮੁੱਦੇ ਉਠਾਏ, ਕਿੰਨੇ ਮਿੰਟ ਬੋਲੇ ਉੱਥੇ। ਸਾਡੇ ਹੁਣ ਵੀ ਇੱਥੇ MP ਲੁਧਿਆਣਾ ਦੇ ਆਪਣਾ ਰਮਣੀਤ ਬਿੱਟੂ ਨੇ, ਹੋਰ ਵੀ ਭਗਵੰਤ ਮਾਨ ਨੇ, ਸਾਰਿਆਂ ਦਾ ਰਿਕਾਰਡ ਹੈ। ਪਿਛਲੇ ਮਨੀਸ਼ ਤਿਵਾੜੀ ਸੀਗੇ, ਸਭ ਦਾ ਰਿਕਾਰਡ ਹੈ ਕਿੰਨੇ ਕਿੰਨੇ ਮਿੰਟ ਬੋਲੇ, ਕਿਹੜੇ ਕਿਹੜੇ ਮੁੱਦੇ ਉਠਾਏ ਆ। ਕਈ ਤਾਂ ਇੱਦਾਂ ਦੇ ਮੁੱਦੇ ਉਠਾਏ ਆ ਉਹਨਾਂ ਨੇ ਜਿਹਨਾਂ ਦੀ ਹਲੇ ਪੰਜਾਬ ਨੂੰ ਜ਼ਰੂਰਤ ਨਹੀਂ ਸੀ, ਜਿਹਨਾਂ ਦੀ ਜ਼ਰੂਰਤ ਸੀ ਉਠਾਈ ਨਹੀਂ ਜਾਂਦੇ, ਜਿਸ ਕਰਕੇ ਪੰਜਾਬ ਵੀ ਪਿੱਛੇ ਰਿਹਾ। ਮੈਂ ਤਾਂ ਕਿਹਾ ਇਹ ਟ੍ਰੇਨਿੰਗ ਵਾਸਤੇ ਵੀ ਇਹ ਟ੍ਰੇਨਿੰਗ ਵੀ ਜ਼ਰੂਰੀ ਹੈ ਇਹਨਾਂ ਵਾਸਤੇ, ਕਿਉਂਕਿ ਪੰਜਾਬ ਦੇ ਲੋਕ ਇਹ ਕਹਿਣ ਵੀ ਜਿਹੜਾ ਅਸੀਂ MP ਚੁਣਨਾ, ਔਰ ਜਿਹੜੇ ਵੀ ਚਾਹੇ ਕਿਸੇ ਵੀ ਪਾਰਟੀ ਤੋਂ ਸੰਬੰਧਿਤ ਹੋਵੇ, ਉਹਨਾਂ MPਾਂ ਦੀ
ਸੂਬੇ ਦੇ ਤੁਹਾਡੇ ਸ਼ਹਿਰ ਦੇ ਮੁੱਦੇ ਪਾਰਲੀਮੈਂਟ 'ਚ ਜਾ ਕੇ ਚੱਕਾਂਗੇ। ਬਿਲਕੁਲ। ਸੋ ਮੁੱਦਾ ਚੱਕਣਾ ਭਲਵਾਨੀ ਨਹੀਂ ਕਿ ਵੇਟ ਲਿਫਟਿੰਗ ਦੀ ਤਰ੍ਹਾਂ ਮੁੱਦੇ ਚੱਕ 'ਤੇ, ਅਸਲ 'ਚੋਂ ਇੱਕ ਪ੍ਰੈਜੈਂਟੇਸ਼ਨ ਹੈ ਕਿ ਤੁਸੀਂ ਪੂਰੇ ਦੇਸ਼ ਦੇ ਸਾਹਮਣੇ ਆਪਣੇ ਹਲਕੇ ਦੀ ਸਮੱਸਿਆ ਜਾਂ ਜ਼ਰੂਰਤ ਨੂੰ ਪ੍ਰੈਜੈਂਟ ਕਰਦੇ ਹੋ ਤੱਥਾਂ ਦੇ ਨਾਲ, ਤਾਂ ਕਿ ਪਾਰਲੀਮੈਂਟ ਉਹਦੇ 'ਤੇ ਤੁਹਾਡੀ ਗੱਲ ਸੁਣੇ ਔਰ ਉਹਨਾਂ ਨੂੰ ਉਹ ਵਾਜਬ ਵੀ ਲੱਗੇ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜੀ, ਅਤੇ ਫਿਰ ਉਹਦੇ 'ਤੇ ਅਮਲ ਹੋਵੇ। ਪੰਜਾਬ ਦੇ ਵਿੱਚ ਜਿਹੜੀ ਸਿਆਸੀ ਖਹਿਬਾਜ਼ੀ ਹੈ, ਕੀ ਇਹਦਾ ਨੁਕਸਾਨ ਹੁੰਦਾ ਹਮੇਸ਼ਾ ਸੂਬੇ ਨੂੰ ਕਿ ਭਗਵੰਤ ਮਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਹੋਰ ਬਾਜ਼ੀ ਨਾ ਮਾਰ ਲਈ, ਜਾਂ ਅਗਰ ਭਗਵੰਤ ਮਾਨ ਕੋਈ ਮੁੱਦਾ ਚੱਕਦਾ ਜਿਵੇਂ ਕਿਸਾਨੀ ਦਾ ਮੁੱਦਾ, ਭਗਵੰਤ ਮਾਨ ਨੇ ਕਈ ਵਾਰੀ ਇਸ ਮੁੱਦੇ ਦੇ ਉੱਤੇ ਲੰਬੀ ਲੰਬੀ ਗੱਲ ਕੀਤੀ ਹੈ, ਉਹਨਾਂ ਨੇ ਕਵਿਤਾ ਸੁਣਾ ਕੇ ਵੀ ਜ਼ਿਕਰ ਕੀਤਾ, ਪਰ ਉਸ ਤਰੀਕੇ ਦਾ ਸਮਰਥਨ ਨਹੀਂ ਮਿਲਦਾ ਸਾਡੇ ਬਾਕੀ ਮੈਂਬਰ ਪਾਰਲੀਮੈਂਟਾਂ ਵੱਲੋਂ। ਇਹ ਕਮੀ ਕਿਸ ਦਿਸ਼ਾ 'ਚ ਸਾਨੂੰ ਲੈ ਕੇ ਜਾ ਰਹੀ ਹੈ? ਨਹੀਂ, ਇਹਦਾ ਨੁਕਸਾਨ ਤਾਂ ਹੈਗਾ ਜੀ, ਇਹਦੇ 'ਚ ਇੱਕ ਦੋ ਗੱਲਾਂ ਹੋਰ ਵੀ ਨੇ। ਇੱਕ ਤਾਂ ਓਪੋਜੀਸ਼ਨ ਜਦੋਂ ਸਵਾਲ ਚੱਕਦੀ ਹੈ ਤਾਂ ਰੂਲਿੰਗ ਪਾਰਟੀ ਇਹ ਦੇਖਦੀ ਹੈ ਕਿ ਸਾਡਾ ਬੰਦਾ ਜਾਂ ਪਰਾਈ ਪਾਰਟੀ ਦਾ, ਉਹਦੇ 'ਚ ਵੀ ਹੁੰਦਾ ਕਿ ਜੇ ਤਾਂ ਉਹਨਾਂ ਦੀ ਪਾਰਟੀ ਜਾਂ ਕੁਲੀਸ਼ਨ ਦਾ ਬੰਦਾ ਹੁੰਦਾ ਤਾਂ ਉਹਦੀ ਗੱਲਾਂ ਸੁਣ ਲੈਂਦੀ ਹੈ, ਨਹੀਂ ਤਾਂ ਉਹ ਵਿਪਕਸ਼ ਦੀ ਗੱਲ ਸੁਣੀ ਹੀ ਨਹੀਂ ਜਾਂਦੀ ਮੋਸਟਲੀ ਟਾਈਮ, ਜੇ ਸੁਣ ਲਿੱਤੀ ਜਾਂ ਤਾਂ ਉਹਨੂੰ ਲਟਕਾ ਦਿੱਤਾ ਜਾਂਦਾ, ਤਾਂ ਕਿ ਕੋਈ ਕ੍ਰੈਡਿਟ ਨਾ ਲਏ। ਗੱਲ ਹੁੰਦੀ ਕ੍ਰੈਡਿਟ ਦੀ ਕਿ ਪਾਰਟੀ ਨੂੰ ਕ੍ਰੈਡਿਟ ਮਿਲੂਗਾ ਤਾਂ ਸਾਨੂੰ ਵੋਟਾਂ ਪੈਣਗੀਆਂ, ਮਤਲਬ ਕਿ ਗੱਲ ਆ ਗਈ ਕਿ ਵੋਟ ਦੀ ਰਾਜਨੀਤੀ ਹੈ ਹਰ ਮੁੱਦੇ ਹਰ ਗੱਲ ਨੂੰ ਲੈ ਕੇ, ਇਸ ਕਰਕੇ ਵਿਪਕਸ਼ ਦੀ ਗੱਲ ਅਣਸੁਣੀ ਕਰ ਦਿੱਤੀ ਜਾਂਦੀ। ਮਹਿਰਾ ਸਾਹਿਬ, ਬੜਾ ਵਾਜਿਬ ਸਵਾਲ ਮਹਿਰਾ ਸਾਹਿਬ ਨੇ ਮੌਰੀਆ ਸਾਹਿਬ ਨੇ ਚੱਕਿਆ ਕਿ ਵੋਟ ਦੀ ਰਾਜਨੀਤੀ ਹੈ, ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਵੋਟ ਦੀ ਰਾਜਨੀਤੀ ਹੋਣੀ ਚਾਹੀਦੀ ਹੈ, ਕਿ ਇਹ ਵਿਰੋਧੀ ਪਾਰਟੀ ਦਾ, ਇਹਦੀ ਗੱਲ ਆਪਾਂ ਨਹੀਂ ਸੁਣਨੀ, ਇਹ ਸੱਤਾ ਧਿਰ ਦਾ, ਇਹਦੀ ਗੱਲ ਸੁਣ ਲਓ। ਦੇਖੋ, ਉਹ ਰਾਜਨੀਤਿਕ ਪਾਰਟੀ ਨਹੀਂ ਜਿਹੜੀ ਵੋਟ ਦੀ ਰਾਜਨੀਤੀ ਨਹੀਂ ਕਰੂਗੀ। ਹਰ ਰਾਜਨੀਤਿਕ ਪਾਰਟੀ, ਹਰ ਸਿਆਸਤ ਪਾਰਟੀ, ਹਰ ਸਿਆਸਤਦਾਨ ਵੋਟ ਦੀ ਰਾਜਨੀਤੀ ਕਰੂਗਾ ਹੀ ਕਰੂਗਾ। ਜੇ ਨਹੀਂ ਕਰੂਗਾ ਤਾਂ ਉਹਨੂੰ ਉਹ ਵੋਟ ਨਹੀਂ ਲਊਗਾ, ਉਹ ਆਪਣਾ ਵੋਟ ਬੈਂਕ ਬਣਾਉਂਦਾ। ਚਾਹੇ ਦਲਿਤਾਂ ਦੀ ਗੱਲ ਕਰੇਗਾ ਕੋਈ, ਜੇ ਡਾਕਟਰ ਅੰਬੇਦਕਰ ਬਾਬਾ ਸਾਹਿਬ ਦੀ ਗੱਲ ਕਰੂਗਾ ਤਾਂ ਉਹਨਾਂ ਦਲਿਤ ਦੀ ਵੋਟ ਮਿਲਣੀ ਹੈ, ਜੇ ਕੋਈ ਮਹਾਤਮਾ ਗਾਂਧੀ ਦੀ ਗੱਲ ਕਰੇਗਾ ਤਾਂ ਉਹਨੂੰ ਅਲੱਗ ਵੋਟ ਮਿਲਣੀ ਹੈ, ਜੇ RSS ਦੀ ਕੋਈ ਗੱਲ ਕਰੇਗਾ ਤਾਂ ਉਹਨੂੰ BJP ਦੀ ਵੋਟ ਮਿਲਣੀ ਹੈ। ਇਸ ਤਰੀਕੇ ਨਾਲ ਜੇ ਕੋਈ ਗੱਲ ਕਰੇਗਾ ਸਮਾਜ ਦੀ ਪਾਰਟੀ ਦਾ, ਸਮਾਜਵਾਦੀ ਪਾਰਟੀ ਹੈ, ਜੇ ਮੁਹੰਮਦਨ ਦੀ ਗੱਲ ਨਹੀਂ ਕਰੇਗਾ ਤਾਂ ਉਹਨੂੰ ਮੁਹੰਮਦਨ ਦੀ ਵੋਟ ਨਹੀਂ ਮਿਲੀ, ਰਾਜਨੀਤੀ ਹੋਏਗੀ। ਜਦੋਂ ਰਾਜਨੀਤੀ ਹੋਏਗੀ ਉਦੋਂ ਉਹ ਸੂਬੇ 'ਤੇ ਨੁਕਸਾਨ ਜ਼ਰੂਰ ਹੁੰਦਾ, ਇਹ ਹਮੇਸ਼ਾ ਇਤਿਹਾਸ ਗਵਾਹ ਆ। ਇਸ ਕਰਕੇ ਚਾਹੀਦਾ, ਜਿੱਦਾਂ ਤੁਸੀਂ ਗੱਲ ਕੀਤੀ ਹੈ, ਵੀ ਹਰ MP ਮੈਂਬਰ ਪਾਰਲੀਮੈਂਟ ਨੂੰ, ਮੈਂਬਰ ਪਾਰਲੀਮੈਂਟ ਜਿਹੜਾ ਬਣ ਕੇ ਚੁਣ ਕੇ ਜਾਂਦਾ ਔਰ ਲੋਕਾਂ ਦੀ ਉੱਤੇ ਇੱਕ ਆਸ ਹੁੰਦੀ ਹੈ ਵੀ ਸਾਡੇ ਹਲਕੇ ਦਾ ਬੰਦਾ ਚੁਣ ਕੇ ਗਿਆ, ਸਾਡੇ ਹਲਕੇ ਨੂੰ ਇਹ ਵਿਕਾਸ ਕਰਾਏਗਾ, ਸਾਡੇ ਹਲਕੇ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ, ਜੇ ਉੱਥੇ ਜਾ ਕੇ ਹੱਲ ਨਹੀਂ ਕਰਦਾ ਤਾਂ ਉਹਦੀ ਨਾਕਾਮੀ ਆ। ਇਸੇ ਕਰਕੇ ਲੱਗਦਾ ਵੀ ਜਦੋਂ ਸੱਤਾਧਾਰੀ ਜਿਹੜੀ ਪਾਰਟੀ ਹੁੰਦੀ ਆ, ਵਿਪਕਸ਼ ਦੀ ਗੱਲ ਅਗਰ ਨਹੀਂ ਸੁਣਦੀ। ਮੈਂ ਇੱਕ ਗੱਲ ਹੋਰ ਇੱਥੇ ਹਾਈਲਾਈਟ ਕਰੂੰਗਾ, ਹਮੇਸ਼ਾ ਹੀ ਜਿਹੜੇ ਸਾਡੇ ਸਪੀਕਰ ਨੇ ਉਹ ਵਕਤ ਦੀ ਕਮੀ ਦਾ ਹਵਾਲਾ ਦੇ ਦਿੰਦੇ ਨੇ ਕਿ ਵਕਤ ਹੈ ਨਹੀਂ, ਔਰ ਸਾਡਾ ਪਿਛਲੇ ਸਾਲ ਜਿਹੜਾ ਸਾਡਾ ਸਰਦ ਰੁੱਤ ਸਮਾਗਮ ਸੀ ਉਹ 22 ਦਿਨ ਦਾ ਸੀ, ਇਸ ਵਾਰ 14 ਦਿਨਾਂ ਦਾ ਹੋ ਗਿਆ। ਜਿਹੜਾ ਮੌਨਸੂਨ ਸੈਸ਼ਨ ਸੀ ਸਾਡਾ ਬਰਸਾਤਾਂ ਵਾਲਾ, ਉਹ ਵੀ ਛੋਟਾ ਰੱਖਿਆ ਗਿਆ ਸੀ, ਔਰ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਬਜਟ ਜਿਹੜਾ ਸਰਦ ਰੁੱਤ ਸਮਾਗਮ ਹੈ ਜਾਂ ਕੋਈ ਵੀ ਸੈਸ਼ਨ ਹੈ ਉਹ ਵੱਡਾ ਹੋਣਾ ਚਾਹੀਦਾ। ਪੰਜਾਬ ਦੀ ਵਿਧਾਨ ਸਭਾ ਦੇ ਸੈਸ਼ਨ 'ਚ ਤੁਸੀਂ ਰੌਲਾ ਦੇਖਿਆ, ਸਿਰਫ 3 ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸੀ, 27, 28 ਔਰ 29, ਔਰ ਉੱਥੇ ਵੀ ਵਿਰੋਧੀ ਧਿਰ ਕਹਿੰਦੀ ਰਹੀ ਕਿ ਬਹਿਸ ਨੂੰ ਵਕਤ ਨਹੀਂ, ਅਸੀਂ ਆਪਣੀ ਗੱਲ ਕਿਵੇਂ ਰੱਖੀਏ, ਕਿ ਪਾਰਲੀਮੈਂਟ ਦਾ ਸੈਸ਼ਨ ਲੰਬਾ ਨਹੀਂ ਰੱਖਿਆ ਜਾਣਾ ਚਾਹੀਦਾ, ਇਹਦੇ ਉੱਪਰ ਕਿਸ ਤਰ੍ਹਾਂ ਨਾਲ ਅਸੀਂ ਮੁਲਕ 'ਚ ਅੱਗੇ ਵੱਧ ਸਕਦੇ ਹਾਂ ਤਾਂ ਕਿ ਲੋਕਾਂ ਦੀ ਇੱਕ ਰਾਏ ਬਣੇ। ਦੇਖੋ ਡੱਲਾ ਸਾਹਿਬ, ਇਹ ਤਾਂ ਵਿਪਕਸ਼ ਕੀ ਕਾਂਗਰਸ, ਤੁਸੀਂ ਦੇਖਿਆ ਹੋਣਾ ਪਿਛਲੀ ਵਾਰੀ ਸੋਨੀਆ ਗਾਂਧੀ ਨੇ ਮੁੱਦਾ ਉਠਾਇਆ ਵੀ ਸੀਗਾ ਔਰ ਲੋਕ ਸਭਾ 'ਚ ਭੇਜਿਆ ਵੀ ਹੈਗਾ ਵੀ ਇਸ ਗੱਲ 'ਤੇ ਬਹਿਸ ਹੋਣੀ ਚਾਹੀਦੀ ਹੈ ਵੀ ਇਹਨੂੰ ਸ਼ਾਰਟ ਨਾ ਕੀਤਾ ਜਾਏ, ਉਹਨੂੰ ਪ੍ਰੋਪਰ ਇਹਨੂੰ ਜਿਹੜਾ ਹੈ ਇਹਦਾ ਜਿਹੜਾ ਟਾਈਮ ਦਿੱਤਾ ਜਾਏ ਤਾਂ ਕਿ ਸਾਡੀ, ਜੇ ਅਸੀਂ ਵਿਰੋਧ 'ਚ ਵਿਰੋਧਤਾ 'ਚ ਹੈਗੇ ਹਾਂ, ਵਿਪਕਸ਼ ਬੈਠੇ ਹਾਂ, ਤਾਂ ਸਾਡੀ ਵੀ ਪੂਰੀ ਗੱਲ ਸੁਣੀ ਜਾਵੇ ਤਾਂ ਕਿ ਅਸੀਂ ਵੀ ਲੋਕਾਂ ਦੇ ਵਿੱਚ ਜਾਣਾ, ਅਸੀਂ ਲੋਕਾਂ ਦੀ ਸਮੱਸਿਆ ਹੱਲਾਂਗੇ। ਉਹਦੇ ਨਾਲ ਕੀ ਇਕੱਲਾ ਮੇਰੀ ਸਮੱਸਿਆ ਨਹੀਂ ਹੱਲ ਹੋਣੀ, ਲੋਕਾਂ ਦੀ ਸਮੱਸਿਆ ਹੱਲ ਹੋਣੀ, ਸੱਤਾਧਾਰੀ ਪਾਰਟੀਆਂ ਦੀ ਵੀ ਸਮੱਸਿਆ ਹੱਲ ਹੋ ਸਕਦੀ। ਜ਼ਰੂਰੀ ਕਿਵੇਂ? ਜ਼ਰੂਰੀ ਨਜ਼ਰ 'ਚ ਅਸੀਂ ਮੈਂਬਰ ਪਾਰਲੀਮੈਂਟ ਦੀ ਗੱਲ ਛੱਡ ਦਈਏ, ਤੁਹਾਡੀ ਨਜ਼ਰ 'ਚ ਬਤੌਰ ਪੱਤਰਕਾਰ ਔਰ ਇੱਕ ਸਿਟੀਜ਼ਨ ਕਿੰਨਾ ਕੁ ਜ਼ਰੂਰੀ ਹੈ ਕਿ ਪਾਰਲੀਮੈਂਟ ਦਾ ਸੈਸ਼ਨ ਲੰਬਾ ਹੋਵੇ ਅਤੇ ਹਰ ਮੈਂਬਰ ਪਾਰਲੀਮੈਂਟ ਆਪਣੇ ਆਪਣੇ ਹਲਕੇ ਦੀ ਗੱਲ ਕਰ ਸਕੇ? ਦੇਖੋ, ਇਹ ਘੱਟੋ ਘੱਟ ਮੇਰੇ ਹਿਸਾਬ ਨਾਲ 30 days ਦਾ ਹੋਣਾ ਚਾਹੀਦਾ, ਜਿਸ ਤਰ੍ਹਾਂ ਪਹਿਲਾਂ ਹੁੰਦੇ ਆਏ ਨੇ। ਜੇ ਇਹ 15 days ਦਾ ਕਰਤਾ, 15 days ਤੋਂ ਪਹਿਲਾਂ ਦੇਖੋ 14 ਦਿਨ ਹੀ ਰਹਿ ਗਏ ਨੇ, 14 ਦਿਨ ਪਹਿਲਾ ਦਿਨ ਤਾਂ ਆਖਰੀ ਦਿਨ ਤਾਂ ਤੁਸੀਂ ਘੱਟ ਕੇ ਆਉਂਦੇ ਹੋ, ਬਿਜ਼ਨਸ ਪ੍ਰੋਪਰ ਨਹੀਂ ਹੁੰਦਾ ਜੀ, ਠੀਕ ਹੈ ਜੀ। ਇਹ 14 ਦਿਨ ਦਾ ਬਿਜ਼ਨਸ ਹੈ, ਇਟ ਮੀਨਸ 50% ਤਾਂ ਪਹਿਲੇ ਰਹਿ ਗਿਆ। ਜੇ 50% ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਟਾਈਮ ਜਿਹੜਾ ਸੱਤਾਧਾਰੀ ਲੈਂਦੇ ਆ, ਤਕਰੀਬਨ 60% ਉਹਨੂੰ ਟਾਈਮ ਉਹਨਾਂ ਨੂੰ ਮਿਲਦਾ, ਅਤੇ 30-40% ਜਿਹੜਾ ਟਾਈਮ ਹੈ ਵਿਪਕਸ਼ ਨੂੰ ਮਿਲਦਾ, ਫਿਰ ਪ੍ਰਸ਼ਨ ਕਾਲ ਦੇ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਟਾਈਮ ਵੰਡਿਆ ਜਾਂਦਾ ਅਤੇ ਉਹ ਬਹੁਤ ਘੱਟ ਸਮਾਂ ਰਹਿ ਜਾਂਦਾ ਵਿਪਕਸ਼ ਨੂੰ ਆਪਣੀ ਗੱਲ ਕਰਨ ਦਾ, ਆਪਣੇ ਮੁੱਦੇ ਰੱਖਣ ਦਾ ਅਤੇ ਆਪਣੀ ਸਮੱਸਿਆ ਰੱਖਣ ਦਾ। ਇਹ ਜਿਹੜੀ ਚੀਜ਼ ਹੈ ਬਹੁਤ ਘੱਟ ਹੈ। ਇਸ ਅਗਰ ਮੈਂ ਕਹਿੰਦਾ ਇਹ ਚੀਜ਼ ਅਗਰ ਲੋਕਾਂ ਕੋਲੋਂ ਇਹ ਮੁੱਦਾ ਜਿਹਨੂੰ ਕਹਿੰਦੇ ਆ ਸਰਬਸਹਿਮਤੀ ਨਾਲ ਇਹ ਜਾਣਾ ਚਾਹੀਦਾ ਤਾਂ ਕਿ ਇਹ ਆਉਣ ਵਾਲੇ ਸਾਡੇ ਜਿਹੜੇ ਆਪਣੇ
ਪੂਰੇ ਦੇਸ਼ ਦਾ ਭਲਾ ਹੋਣਾ, ਨਾ ਕਿ ਕਿਸੇ ਪਾਰਟੀ ਦਾ ਭਲਾ ਹੋਣਾ। ਜੇ ਕੋਈ ਮੁੱਦਾ ਬਣਦਾ, ਉੱਥੇ ਬਿੱਲ ਬਣਦਾ, ਕੋਈ ਰੂਲ ਬਣਦਾ, ਕੋਈ ਕਾਨੂੰਨ ਬਣਦਾ, ਜਿਹੜਾ ਵੀ ਬਣਦਾ ਉਹ ਲੋਕਾਂ ਦੇ ਫਾਇਦੇ ਲਈ ਬਣੇਗਾ ਨਾ। ਜੇ ਕੋਈ ਫਾਇਦੇ ਲਈ ਬਣੇਗਾ ਤਾਂ ਲੋਕਾਂ ਨੂੰ ਫਾਇਦਾ ਹੋਏਗਾ। ਇਸ ਕਰਕੇ ਸਰਕਾਰਾਂ ਨੂੰ ਸੋਚਣਾ ਚਾਹੀਦਾ, ਇਹਦੇ ਵਿੱਚ ਕੰਜੂਸੀ ਨਾ ਕਰਨ। ਆਪਣਾ ਜਿਹੜਾ ਸਮਾਂ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ 5 ਸਾਲ ਵਾਸਤੇ, ਇਹਨੂੰ ਜ਼ਰੂਰ ਧਿਆਨ ਦੇਣ, ਇਹਨੂੰ ਛੋਟਾ ਨਾ ਕਰੋ, ਇਹਨੂੰ ਉਲਟਾ 5-7 ਦਿਨ ਵਡਾਉਣਾ ਚਾਹੀਦਾ। ਜੀ ਜੀ ਮਹਾਰਾਜ ਸਾਹਿਬ, ਤੁਹਾਡੀ ਟਿੱਪਣੀ। ਦੇਖੋ, ਪੰਜਾਬ ਵਿਧਾਨ ਸਭਾ ਦਾ ਜਿਹੜਾ ਹੁਣੇ ਹਾਲ 'ਚ ਹੋਇਆ ਸੈਸ਼ਨ, ਉਹ ਵੀ ਖਹਿਰਾ ਅਤੇ ਬਹਿਸ ਨੇ ਮੁੱਦੇ ਨੂੰ ਲੈ ਕੇ ਹੀ ਉਹ ਖਤਮ ਹੋ ਗਿਆ। ਉਹਦੇ 'ਚ ਕੋਈ ਬਹੁਤ ਵੱਡੀਆਂ ਇਹਨਾਂ ਨੇ ਮੱਲਾਂ ਨਹੀਂ ਮਾਰੀਆਂ। ਇਸੇ ਤਰ੍ਹਾਂ ਪਿਛਲਾ ਸੰਸਦ ਦਾ ਵੀ ਤੁਸੀਂ ਦੇਖੋ, ਜਿਹੜਾ ਸੈਸ਼ਨ ਹੋਇਆ ਉਹ ਵੀ ਵਿਰੋਧ ਦੇ ਕਾਂਗਰਸ ਅਤੇ ਉਹਨਾਂ ਦੇ ਆਪਸੀ ਉਠਾ ਪਟਕ 'ਚ ਖਤਮ ਹੋ ਗਿਆ ਸੀਗਾ। ਹੁਣ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਜਿਹੜਾ ਸੈਸ਼ਨ ਹੋਣ ਜਾ ਰਿਹਾ ਉਹਦੇ ਕੋਈ ਸਕਾਰਮ, ਉਹਦੀ ਕੋਈ ਪੋਜ਼ਿਟਿਵਨੈਸ ਹੋਣੀ ਚਾਹੀਦੀ ਹੈ ਔਰ ਵਧੀਆ ਤਰੀਕੇ ਨਾਲ ਮੁੱਦੇ ਚੱਕ ਕੇ। 14 ਦਿਨਾਂ 'ਚ ਕੀ ਨਤੀਜਾ ਨਿਕਲ ਸਕਦਾ? ਨਹੀਂ, ਨਤੀਜਾ ਨਹੀਂ, ਜਿਹੜੇ ਵੀ ਇਹਨਾਂ ਦੇ ਵੱਡੇ ਵੱਡੇ ਬਿੱਲ ਨੇ ਉਹਨਾਂ ਨੂੰ ਪਾਸ ਕਰਨਾ ਚਾਹੀਦਾ, ਉਹਨੂੰ ਆਪਸੀ ਮਤਲਬ ਰੰਜਿਸ਼ ਦਾ ਸ਼ਿਕਾਰ ਨਾ ਬਣਾਇਆ ਜਾਵੇ ਪਾਰਟੀ ਕ੍ਰੈਡਿਟ ਵਾਰ ਨੂੰ ਲੈ ਕੇ ਜਾਂ ਕਿਸੇ ਹੋਰ ਨੂੰ ਗੱਲ ਨੂੰ ਲੈ ਕੇ। ਸੰਸਦ ਨੂੰ ਚਾਹੀਦਾ, ਸਾਡੇ ਪਾਰਲੀਮੈਂਟਸ ਨੂੰ ਜਿਹੜੇ ਵੀ ਬਿੱਲ ਸਾਡੇ ਆ ਰਹੇ ਨੇ ਉਹਨਾਂ ਨੂੰ ਦੇਖਣ, ਉਹ ਕਿੰਨੇ ਕੁ ਜਾਇਜ਼ ਨੇ, ਉਹਨੂੰ ਪਾਸ ਕਰਨ। ਜੀ ਜੀ, ਸੋ ਮੇਰਾ ਸਾਹਿਬ ਜੀ ਜੀ, ਜਿਹੜੇ ਤਾਂ ਬਿੱਲ ਪਾਸ ਕਰਨ ਦੀ ਗੱਲ ਕਰ ਰਹੇ, ਬਿੱਲ ਤਾਂ ਪਾਸ ਕਰਨੇ ਆ ਜਿਹੜੇ, ਉਹ ਤਾਂ ਸੱਤਾਧਾਰ ਇਸ ਵੇਲੇ ਬੀਜੇਪੀ ਫੁੱਲ ਮੈਜੋਰਿਟੀ ਹੈਗੀ ਆ, ਉਹਨਾਂ ਨੇ ਬਿਨਾਂ ਪੁੱਛੇ ਕਰ ਲੈਣੇ। ਜੇ ਨਹੀਂ ਵੀ ਵਿਪਕਸ਼ ਉੱਥੇ ਬੈਠਾ ਹੋਏਗਾ ਤਾਂ ਵੀ ਪਾਸ ਹੋ ਜਾਣੇ, ਔਰ ਵਿਪਕਸ਼ ਦੇ ਵਿਰੋਧਤਾ ਦੇ ਮੁਤਾਬਕ ਵੀ ਪਾਸ ਹੋ ਜਾਣੇ, ਇਹ ਨਹੀਂ ਗੱਲ। ਮੈਂ ਕਹਿੰਦਾ ਜਿਹੜੇ ਬਿੱਲ ਪਿੱਛੇ ਪੈਂਡਿੰਗ ਲੋਕ ਸਭਾ 'ਚ ਰਹਿ ਗਏ, ਜਿਹੜੇ ਅਹਿਮ ਬਿੱਲ ਆ, ਉਹਨਾਂ ਨੂੰ ਇੱਕ ਤਾਂ ਉਹਨਾਂ ਦੀ ਸੋਧ ਦੀ ਜ਼ਰੂਰਤ। ਮੋਟੀ ਮੋਟੀ ਗੱਲ ਕਰਕੇ, ਔਰਤਾਂ ਦੀ ਰਾਖਵੇਂ ਕਰਨ ਦਾ ਬਿੱਲ ਪਿਆ, ਇਹ ਬਹੁਤ ਵੱਡਾ ਬਿੱਲ ਚੱਲਿਆ ਆ ਰਿਹਾ ਜੀ। ਉਹ ਬਿੱਲ ਬਹੁਤ ਇੰਪੋਰਟੈਂਟ ਹੈ, ਜਿਹੜੀ ਮਹਿਲਾ ਸੁਰੱਖਿਆ ਨੂੰ ਲੈ ਕੇ, ਉਹਨਾਂ ਦੀ ਰੈਜ਼ਰਵੇਸ਼ਨ ਨੂੰ ਲੈ ਕੇ ਬਹੁਤ ਵੱਡਾ ਬਿੱਲ ਆ, ਉਹਨੂੰ ਜ਼ਰੂਰ ਉਹਨੂੰ ਸੋਧਣਾ ਚਾਹੀਦਾ ਕਿ ਉਹਦੇ 'ਤੇ ਇੱਕ ਲੋਕਾਂ ਦੀ ਰਾਏ ਆਈ ਆ, ਉਹ ਆਪਣਾ ਐਮ ਪੀ ਉੱਥੇ ਰੱਖੇ, ਉਹਨੂੰ ਦੱਸੇ, ਉਹਦੇ ਵਿੱਚ ਡਿਸਕਸ਼ਨ ਹੋਵੇ, ਪ੍ਰੋਪਰ ਚਰਚਾ। ਉਹਨਾਂ ਦੀ ਆਤਮ ਹੱਤਿਆ ਦਾ ਮਸਲਾ ਮੈਨੂੰ ਲੱਗਦਾ ਇਹ ਵੀ ਬਹੁਤ ਜ਼ਰੂਰੀ ਹੈ ਮਹਾਰਾ ਸਾਹਿਬ। ਬਿਲਕੁਲ, ਤੁਹਾਡੀ ਮਹਾਰਾਜ ਦੀ ਛੋਟੀ ਜਿਹੀ ਟਿੱਪਣੀ, ਇਹ ਕਿੰਨੇ ਕੁ ਅਹਿਮ ਵਿਸ਼ੇ ਨੇ ਕਿਸਾਨੀ ਦੇ, ਜਿਹੜੇ ਪਾਰਲੀਮੈਂਟ 'ਚ ਪਹਿਲ ਦੇ ਆਧਾਰ ਤੇ ਵਿਚਾਰੇ ਜਾਣੇ ਚਾਹੀਦੇ। ਨਹੀਂ, ਕਿਸਾਨੀ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਹੈਗਾ, ਕਿਉਂਕਿ ਕਿਸਾਨ ਅਗਰ ਇੱਦਾਂ ਆਤਮ ਹੱਤਿਆ ਕਰਦਾ ਰਹੇਗਾ ਤਾਂ ਸਾਡੇ ਦੇਸ਼ ਦਾ ਢਿੱਡ ਕੌਣ ਭਰੂਗਾ ਜੀ? ਕਿਉਂਕਿ ਪੰਜਾਬ ਦੇ ਵਿੱਚ ਖੇਤੀਬਾੜੀ ਮੁੱਖ ਕ੍ਰਿਸ਼ੀ ਧੰਦਾ ਹੈਗਾ, ਅਤੇ ਇਹਨੂੰ ਇੰਪਰੂਵ ਕਰਨ ਲਈ ਸਰਕਾਰ ਨੂੰ ਪਹਿਲਾਂ ਸੋਚਣਾ ਚਾਹੀਦਾ। ਇੱਕ ਡੱਲਾ ਸਾਹਿਬ ਹੋਰ ਵੀ ਸੀਗਾ ਕਿ ਪੰਜਾਬ ਦੇ ਵਿੱਚ ਕੁਛ ਜ਼ਿਲ੍ਹਿਆਂ ਦੇ ਵਿੱਚ ਟ੍ਰੇਨਾਂ ਦੀ ਵੀ ਮੰਗ ਕੀਤੀ ਜਾ ਰਹੀ ਸੀ, ਰੇਲ ਗੱਡੀਆਂ ਦੀ ਜੀ, ਅਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਟ੍ਰੇਨਾਂ ਦਿੱਤੀਆਂ ਜਾਣੀ ਚਾਹੀਦੀਆਂ, ਕੋਈ ਐਸਾ ਮੁੱਦਾ ਚੱਕਣਾ ਚਾਹੀਦਾ। ਹੋਰ ਕਿਹੜੇ ਕਿਹੜੇ ਮਸਲੇ ਨੇ ਜਿਹੜੇ ਤੁਹਾਡੀ ਨਜ਼ਰ 'ਚ ਉੱਥੇ ਵਿਚਾਰੇ ਜਾ ਸਕਦੇ ਨੇ, ਜਿਹੜੇ ਲਿਸਟਡ ਨੇ? ਦੇਖੋ ਜੀ, ਇੱਕ ਤਾਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦਾ ਹੀ ਮੁੱਦਾ ਹੈਗਾ, ਜਿਹੜਾ GST ਨੂੰ ਬਾਹਰ ਰੱਖਣ ਦੀ ਗੱਲ। ਇਹ ਤਾਂ ਚਲੋ ਜਾਣਾ ਚਾਹੀਦਾ, ਇਹ ਤਾਂ ਅਸੀਂ ਮੰਗ ਕਰਦੇ ਹਾਂ, ਤਾਂ ਸਾਡੀ ਮੰਗ ਹੈ ਕਿ ਇਹ ਹੋਣਾ ਚਾਹੀਦਾ ਜੀ। ਜਿਹੜੇ ਤੁਹਾਨੂੰ ਲੱਗਦਾ ਕਿ ਸੰਭਾਵਿਤ ਨੇ, ਜਿਨ੍ਹਾਂ 'ਤੇ ਸਰਕਾਰ ਨੇ ਗੱਲ ਕਰਨੀ? ਦੇਖੋ, ਸਰਕਾਰ ਵੱਲੋਂ ਤਾਂ ਇੱਦਾਂ ਕੋਈ ਖਾਸ ਇਸ਼ੂ ਨਹੀਂ ਹੈ, ਲੇਕਿਨ ਇਹ ਹੈ ਕਿ ਇੰਡਸਟਰੀ ਦਾ ਜਿੱਦਾਂ ਮੁੱਦਾ ਹੈਗਾ, ਇੰਡਸਟਰੀ ਨੂੰ ਟੈਕਸਿਸ ਘਟਾਏ ਜਾਂਦੇ ਹਿਮਾਚਲ ਦੇ ਬਰਾਬਰ, ਕਿਉਂਕਿ ਜੇ ਸਾਡੀ ਇੰਡਸਟਰੀ ਕਿਸੇ ਹੋਰ ਸਟੇਟਾਂ 'ਚ ਜਾਊਗਾ ਸਾਡਾ ਰੈਵਨਿਊ ਘਟੂਗਾ ਜੀ। ਹੁਣ ਜਿਵੇਂ ਹਿਮਾਚਲ ਦੇ ਵਿੱਚ ਟੈਕਸਿਸ ਘੱਟ ਨੇ, ਸਾਡੀ ਕਈ ਇੰਡਸਟਰੀ ਅੱਜ ਪੰਜਾਬ ਦੀ ਉੱਥੇ ਵੀ ਜਾ ਚੁੱਕੀ ਹੈ, ਤਾਂ ਸਾਡੇ ਇੰਡਸਟਰੀਸ ਨੂੰ ਰੋਕਣ ਲਈ ਉਹ ਬਾਹਰ ਐਕਸਟੈਂਸ਼ਨ ਨਾ ਕਰਨ, ਸਾਡੇ ਕੋਲ ਐਕਸਟੈਂਸ਼ਨ ਕਰਨ, ਤਾਂ ਕਿ ਸਾਡੇ ਪੰਜਾਬ ਦਾ ਜਿਹੜਾ ਰੈਵਨਿਊ ਹੈ ਵੱਧ ਸਕੇ। ਬਿਲਕੁਲ, ਸਾਡੀਆਂ ਮੰਗਾਂ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਖੜੇ ਨੇ, ਅਗਰ ਉਹਨਾਂ 'ਤੇ ਵਿਚਾਰ ਹੋਵੇ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ 'ਤੇ ਗੱਲ ਹੋ ਸਕਦੀ ਹੈ। ਦੇਖੋ, ਸੁਬ੍ਰਹਮਣਿਅਮ ਸਵਾਮੀ ਦੀ ਰਿਪੋਰਟ ਸੀ ਜਿਹੜੀ ਐਗਰੀਕਲਚਰ ਨੂੰ ਲੈ ਕੇ, ਬਿਲਕੁਲ ਮੈਨੂੰ ਲੱਗਦਾ ਜ਼ਰੂਰ ਗੱਲ ਹੋਣੀ ਚਾਹੀਦੀ। ਦੇਖੋ, ਦੂਸਰੀ ਗੱਲ ਉਹਦੇ ਵਿੱਚ ਇਹ ਹੈ ਵੀ GST ਨੂੰ ਲੈ ਕੇ ਸਭ ਤੋਂ ਵੱਡਾ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਜਿਹੜਾ ਉਦਯੋਗ ਦਾ ਇਸ ਵੇਲੇ ਜਿਹੜਾ ਹੈ ਉਹ ਪਿੱਛੇ ਜਾ ਰਿਹਾ, ਉਹ ਨੀਤੀ ਨੂੰ ਜਿਹੜੀ GST ਨੂੰ ਉਹਨੂੰ ਜ਼ਰੂਰ ਮੋਡੀਫਾਈ ਕਰਨਾ ਚਾਹੀਦਾ, ਲੋਕਾਂ ਦੇ ਮੁਤਾਬਕ ਕਰਨਾ ਚਾਹੀਦਾ, ਵਪਾਰੀਆਂ ਦੇ ਮੁਤਾਬਕ ਕਰਨਾ ਚਾਹੀਦਾ। GST ਨੂੰ ਲੈ ਕੇ ਕੋਈ ਸੰਸ਼ੋਧਨ ਬਿੱਲ ਆ ਸਕਦਾ ਹੈ ਪਾਰਲੀਮੈਂਟ 'ਚ? ਉਹ ਆਲਰੇਡੀ ਉੱਥੇ ਹੋਏਗਾ ਸੰਸ਼ੋਧਨ, ਉਹ ਆਲਰੇਡੀ ਗਿਆ ਹੋਇਆ ਜੀ। GST ਨੂੰ ਲੈ ਕੇ ਚਰਚਾ ਹੋਏਗੀ ਉੱਥੇ ਪ੍ਰੋਪਰ, ਔਰ ਉਹਦੀ ਨੋਟਬੰਦੀ ਨੂੰ ਲੈ ਕੇ ਵੀ ਮੈਨੂੰ ਲੱਗਦਾ ਚਰਚਾ ਹੋਏਗੀ। ਨੋਟਬੰਦੀ ਦੇ ਤਾਂ ਚਲੋ ਵਿਰੋਧੀ ਧਿਰਾਂ ਨੇ ਪੂਰਾ ਚਰਚਾ ਹੋਏਗੀ, ਉਹ ਬਿਲਕੁਲ ਚਰਚਾ ਹੋਏਗੀ, ਕਿਉਂਕਿ ਉਹਦੇ ਨਾਲ ਇਕਨੋਮੀ ਦੀ ਜਿਹੜੀ ਹੈਗੀ ਆਪਣੀ ਦਰ ਜਿਹੜੀ ਹੈ ਉਹ ਗਿਰੀ ਹੈ, ਤੇ ਉਹਦੇ ਨਾਲ ਉਹ ਨੋਟਬੰਦੀ ਨੂੰ ਜ਼ਰੂਰ ਉੱਥੇ ਘੇਰੂਗਾ। ਇਹ ਵੀ ਵਧੀਆ ਜੀ, ਹਾਂ, ਉਹਦੇ ਨਾਲ ਵਿਪਕਸ਼ ਜ਼ਰੂਰ ਘੇਰੂਗਾ ਉਹਨੂੰ ਨੋਟਬੰਦੀ ਨੂੰ ਲੈ ਕੇ, GST ਨੂੰ ਲੈ ਕੇ, ਤੇ ਬਹੁਤ ਵੱਡਾ ਅਹਿਮ ਮੁੱਦਾ ਰਹਿਣਾ, ਤੁਸੀਂ ਦੇਖ ਲਓ ਆਉਣ ਵਾਲੇ ਟਾਈਮ ਦੇ ਵਿੱਚ। ਗੁਜਰਾਤ ਚੋਣਾਂ ਦਾ ਨਤੀਜਾ ਆ ਰਿਹਾ, ਜਿਹੜਾ ਹਿਮਾਚਲ ਤੇ ਗੁਜਰਾਤ ਚੋਣਾਂ ਦਾ ਮੋਹਰੇ ਦੀ ਨਤੀਜਾ ਆ ਰਿਹਾ ਜੀ ਜੀ, ਜਿਹੜਾ 18 ਦਸੰਬਰ ਨੂੰ ਜੀ, ਉਸ ਨਤੀਜੇ ਤੋਂ ਬਾਅਦ ਸਵਰੂਪ ਪਾਰਲੀਮੈਂਟ ਦੇ ਵਿੱਚ ਕਿੱਦਾਂ ਦਾ ਹੋਏਗਾ ਰਾਜਨੀਤਿਕ ਤਰ੍ਹਾਂ ਦਾ? ਦੇਖੋ ਜੀ, ਇਹ ਜਿਹੜੇ ਗੁਜਰਾਤ ਦੀ ਚੋਣਾਂ ਨੇ ਬੜੀ ਰੋਚਕ ਚੋਣਾਂ ਹੋ ਰਹੀਆਂ, ਇਹ ਡਿਸਾਈਡ ਕਰੂਗੀਆਂ 2019 ਲੋਕ ਸਭਾ ਨੂੰ ਵੀ। ਅਗਰ ਇੱਥੇ ਕਾਂਗਰਸ ਵਿਨ ਕਰਦੀ ਹੈ ਤਾਂ ਇੱਕ ਤਰ੍ਹਾਂ ਦਾ ਰਾਹੁਲ ਗਾਂਧੀ ਦੀ ਜਿਹੜੀ ਇਮੇਜ ਆ ਹੋਰ ਸੋਲਿਡ ਹੋ ਕੇ ਬਾਹਰ ਆਏਗੀ, ਔਰ ਵਿਪਕਸ਼ ਹਮਲਾਵਰ ਹੋਏਗਾ NDA 'ਤੇ, ਕਿਉਂਕਿ ਜਿੱਤ ਜਾਂਦੇ ਨੇ ਜੀ। ਨੋਟਬੰਦੀ ਮਸਲਾ ਹੈਗਾ,
मैक्सिमम लोग नाराज भी ने, खास करके GST के व्यापारी वर्ग, उन्होंने गुजरात से ही इन्होंने नाराजगी काफ़ी झेलनी पई है। उसका ही एक कारण से कि इन्होंने चोणों तो पहले ही GST की कुछ चीज़ा उन्होंने वापस लिया। इस तरह मेरा मानना है कि यह जी लोग सभा चोणा हो जा रही हैं क्योंकि इन ही रिजल्ट आ जाना और काफ़ी जी संभावना है कि मामला बड़ा एग्रेसिवल होएगा जी। ਮਹਿਰਾ ਸਾਹਿਬ ਥੋੜ੍ਹੀ ਨਜ਼ਰ ਤੋਂ ਕਿਉਂਕਿ ਤੁਹਾਡਾ ਬਹੁਤ ਲੰਬਾ ਤਜ਼ਰਬਾ ਹੈ, ਬਹੁਤ ਸਾਰੇ ਪਾਰਲੀਮੈਂਟ ਦੇ ਸੈਸ਼ਨ ਹੈ ਜਿਹੜੇ ਤੁਸੀਂ ਵੇਖੇ ਨੇ, ਪੱਤਰਕਾਰਤਾ ਦਾ ਤੁਹਾਡਾ ਲੰਬਾ ਤਜ਼ਰਬਾ ਹੈ, ਇਹ ਪਾਰਲੀਮੈਂਟ ਦਾ ਸੈਸ਼ਨ ਕੀ ਲੱਗਦਾ ਪਹਿਲਾ ਦਿਨ ਸੀ, ਕਿਸ ਦਿਸ਼ਾ 'ਚ ਜਾ ਸਕਦਾ, ਕੀ ਸਕਾਰਾਤਮਕ ਰਹੇਗਾ ਜਾਂ ਪਿਛਲੀ ਵਾਂਗ ਇਹ ਵੀ ਰੌਲੇ ਰੱਪੇ 'ਚ ਖਤਮ ਹੋਏਗਾ? ਦੇਖੋ ਜਿਹੜੀ ਪਹਿਲਾਂ ਤੁਸੀਂ ਗੱਲ ਕੀਤੀ ਹੈ ਵੀ ਕੀ ਅਗਰ 18 ਤਰੀਕ ਨੂੰ ਨਤੀਜੇ ਜਿਹੜੇ ਚੁਕਾਉਣੇ ਵਾਲੇ ਆਏ, ਚੁਕਾਉਣੇ ਵਾਲੇ ਮਤਲਬ ਜਿੱਦਾਂ ਮੌਰਿਆ ਸਾਹਿਬ ਨੇ ਕਿਹਾ ਜੇ ਕਾਂਗਰਸ ਵਿਨ ਕਰਦੀ ਹੈ ਤਾਂ ਤਾਂ ਚੁਕਾਉਣੇ ਵਾਲੇ ਹੋਣਗੇ, ਅਗਰ ਕਾਂਗਰਸ ਵਿਨ ਨਹੀਂ ਕਰਦੀ ਫਿਰ ਉਹ ਜਿਹੜਾ ਲੋਕ ਸਭਾ ਦਾ ਸੈਸ਼ਨ ਆ ਉਹ ਇੰਨਾ ਹੰਗਾਮੇ ਵਾਲਾ ਨਹੀਂ ਹੋਣਾ ਕਿਉਂਕਿ ਕਾਂਗਰਸ ਫਿਰ ਬੈਕਫੁੱਟ 'ਤੇ ਆ ਜਾਏਗੀ। ਵਿਪਕਸ਼ ਨੇ ਬਾਕੀ ਪਾਰਟੀਆਂ ਨੇ ਜ਼ਰੂਰ ਮੁੱਦੇ ਉਠਾਉਣੇ ਆ, ਲੇਕਿਨ ਅਗਰ ਕਾਂਗਰਸ ਵਿਨ ਕੀਤੀ ਫਿਰ ਇਹ ਤੁਹਾਡਾ ਸੈਸ਼ਨ ਜਿਹੜਾ ਹੁਣ ਆਉਣ ਵਾਲਾ ਸੈਸ਼ਨ ਹੈ 14 ਦਿਨ ਦਾ, ਉਹ BJP ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ, ਉਹਨੂੰ ਬਿੱਲ ਪਾਸ ਕਰਨ ਲੱਗੇ ਬਹੁਤ ਸੋਚਣਾ ਪਊਗਾ, ਬਹੁਤ ਹੰਗਾਮਾ ਹੋਊਗਾ, ਪਿਛਲੇ ਨਾਲੋਂ ਵੀ ਜ਼ਿਆਦਾ ਹੋਊਗਾ। ਲੇਕਿਨ ਜਿਹੜੀ ਰਾਜਨੀਤੀ ਦੀ ਤੁਸੀਂ ਗੱਲ ਕੀਤੀ ਆ, ਗੁਜਰਾਤ ਚੋਣਾਂ ਦੇ ਵਿੱਚ ਜਿੱਦਾਂ ਕਿ ਮੌਰਿਆ ਸਾਹਿਬ ਨੇ ਦੱਸਿਆ GST ਨੋਟਬੰਦੀ ਨੂੰ ਲੈ ਕੇ ਤਾਂ ਜਿਹੜੀ ਗੱਲ ਹੋਣੀ ਸੀ ਉਹ ਤਾਂ ਹੋਈ ਆ, ਲੇਕਿਨ ਸਭ ਤੋਂ ਜ਼ਿਆਦਾ ਮੈਂ ਕਹੂੰਗਾ ਇਹ ਚੁਣਾਵ ਐਸੇ ਨੇ, ਇੱਕ ਤਾਂ ਖਾਸ ਕਰਕੇ ਮੋਦੀ ਸਾਹਿਬ ਦਾ ਆਪਣਾ ਰਾਜ ਹੋਣ ਕਰਕੇ BJP ਦੀ ਪੂਰੀ ਦੌਰ ਲੱਗਿਆ ਹੋਇਆ, ਉਹਨਾਂ ਦਾ ਪੂਰਾ ਉਸ ਵੇਲੇ ਉਹਦੇ 'ਤੇ ਹੈ ਵੀ ਜੇ ਘਰ ਦੇ ਘਰ 'ਚੋਂ ਕਹਿੰਦੇ ਅਸੀਂ ਹਾਰ ਗਏ ਤਾਂ ਫਿਰ ਉਹਨਾਂ ਦੀ ਕਾਊਂਟ ਡਾਊਨ ਜਿਹੜਾ ਨਾ ਥੱਲੇ ਵਾਲੀ ਉਲਟੀ ਗਿਣਤੀ ਸ਼ੁਰੂ ਹੋ ਜਾਣੀ ਹੈ ਅਤੇ ਕਾਂਗਰਸ ਦੀ ਜਿਹੜੀ ਆ 1 ਤੋਂ ਉੱਪਰ 2 ਦੀ ਗਿਣਤੀ ਸ਼ੁਰੂ ਹੋ ਜਾਣੀ ਹੈ। ਇਹਦੇ ਨਾਲ ਮੈਨੂੰ ਲੱਗਦਾ ਜਿਹੜੀ ਸਭ ਤੋਂ ਵੱਡੀ, ਤੁਸੀਂ ਵੀ ਦੇਖਿਆ ਇੱਥੇ ਰਾਜਨੀਤੀ ਹੋਈ ਹੈ, ਸਭ ਤੋਂ ਵੱਡੀ ਗੰਦੀ ਰਾਜਨੀਤੀ ਮੈਂ ਕਹਿ ਸਕਦਾ, ਇਸ ਤੋਂ ਵੱਡਾ ਸ਼ਬਦ ਨਹੀਂ ਹੈ, ਕਿਉਂਕਿ ਇਹ ਰਾਜਨੀਤੀ ਮੁੱਦਿਆਂ 'ਤੇ ਨਹੀਂ ਲੜ ਗਈ, ਇਹ ਪਰਸਨਲ ਰਾਜਨੀਤੀ ਹੋਈ ਆ, ਪ੍ਰਧਾਨ ਮੰਤਰੀ ਵਰਸਿਸ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੀ ਹੋਈ ਆ, ਔਰ ਜਿੱਦਾਂ ਉੱਥੇ ਹਾਰਦੇ ਪਟੇਲ ਮੁੱਦਾ ਕੋਈ ਪਾਕਿਸਤਾਨ ਦਾ ਆ ਗਿਆ, ਕਿਸੇ ਨੇ ਪ੍ਰਾਈਮ ਮਿਨਿਸਟਰ ਨੂੰ ਇੰਨੀ ਵੱਡੀ ਗੱਲ ਕਹਿਤੀ ਹੈ ਜਿਹੜੀ ਨਹੀਂ ਚੰਗੀ ਲੱਗੀ, ਮਨੀ ਸ਼ੰਕਰ ਅਈਅਰ ਨਹੀਂ ਗੱਲ ਕਹਿਤੀ, ਉਹਦੇ 'ਤੇ ਮੁੱਦਾ ਬਣ ਗਿਆ, ਇਹ ਪਰਸਨਲ ਰਾਜਨੀਤੀ ਅਟੈਕ ਹੋ ਗਿਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ। ਗੁਜਰਾਤ ਦੇ ਅਹਿਮ ਮੁੱਦੇ ਤਾਂ ਉਹਦੇ 'ਚ ਭੁੱਲ ਗਏ ਲੋਕ, ਦੂਸਰੇ ਮੁੱਦੇ ਸ਼ੁਰੂ ਹੋ ਗਏ, ਇਸ ਕਰਕੇ ਇਹ ਰਾਜਨੀਤੀ ਕਿਤੇ ਹੋਰ ਹੀ ਪਾਸੇ ਤੁਰ ਪਈ ਗੁਜਰਾਤ ਇਲੈਕਸ਼ਨਾਂ 'ਚ। ਇਹਦਾ ਹੁਣ ਵੋਟਰ ਦੇਖੇਗਾ ਵੀ ਮੈਂ ਕੀ GST ਨੋਟਬੰਦੀ ਸਾਨੂੰ ਇਹ ਇਫੈਕਟ ਕੀਤਾ ਬਿਜ਼ਨਸ 'ਚ ਤਾਂ ਅਸੀਂ BJP ਨੂੰ ਵੋਟ ਨਹੀਂ ਦੇਣੀ, ਜਾਂ ਸਾਨੂੰ ਇੰਨਾ ਕੁ ਅਸੀਂ ਟਾਈਮ ਪੈ ਗਿਆ ਜਾਂ ਸਾਡੀਆਂ GST 'ਤੇ ਜਿਹੜਾ ਉਹਨਾਂ ਨੇ ਸੁਧਾਰ ਕੀਤਾ ਉਹ ਸਾਡੇ ਲਈ ਠੀਕ ਹੈ ਤਾਂ ਅਸੀਂ BJP ਨੂੰ ਜਿਤਾਵਾਂਗੇ। ਲੇਕਿਨ ਇਹਦਾ ਟਾਈਮ ਦੱਸੇਗਾ। ਮੈਨੂੰ ਇਹ ਲੱਗਦਾ ਇਸ ਵੇਲੇ ਜਿਹੜਾ ਬਹੁਤ ਹੀ ਰੋਮਾਂਚਕ ਮੁਕਾਬਲਾ ਹੋਇਆ ਅੱਜ ਆਪਣੇ, ਚਲੋ ਵੋਟਾਂ ਪੈ ਗਈਆਂ, ਹੁਣ ਨਤੀਜੇ ਦਾ ਇੰਤਜ਼ਾਰ ਕਰਦੇ ਹਾਂ ਅਤੇ ਪਾਰਲੀਮੈਂਟ ਸੈਸ਼ਨ 'ਤੇ ਉਸਦਾ ਅਸਰ ਦੇਖਦੇ ਹਾਂ। ਮਹਿਰਾ ਸਾਹਿਬ ਬਹੁਤ ਬਹੁਤ ਧੰਨਵਾਦ, ਮੌਰਿਆ ਸਾਹਿਬ ਬਹੁਤ ਬਹੁਤ ਧੰਨਵਾਦ। ਵਕਤ ਦੀ ਕਮੀ ਹੈ ਪਰ ਬੜੀ ਅਹਿਮ ਪਾਰਲੀਮੈਂਟ ਦੀ ਇਹ ਇਨਿੰਗ ਸਾਨੂੰ ਦੇਖਣ ਨੂੰ ਮਿਲੇਗੀ ਔਰ ਪਾਰਲੀਮੈਂਟ ਦੇ ਵਿੱਚ ਆਸ ਕਰਾਂਗੇ ਕਿ ਸਾਰੀਆਂ ਜਿਹੜੀਆਂ ਧਿਰਾਂ ਨੇ ਉਹ ਆਪਣੀ ਆਪਣੀ ਗੱਲ ਰੱਖਣ 'ਚ ਕਾਮਯਾਬ ਹੋਣ ਔਰ ਸਾਡਾ ਜਿਹੜਾ ਪਾਰਲੀਮੈਂਟ ਹੈ ਉਹ ਚੰਗੀ ਉਦਾਹਰਣ ਬਣੇ ਤਾਂ ਕਿ ਵਿਦਿਆਰਥੀ, ਸਕੂਲਾਂ ਕਾਲਜਾਂ 'ਚ ਜਾਣ ਵਾਲੇ ਵਿਦਿਆਰਥੀ ਜਦੋਂ ਲਾਈਵ ਪ੍ਰਸਾਰਣ ਸਾਡੇ ਦੇਸ਼ ਦੀ ਪਾਰਲੀਮੈਂਟ ਦਾ ਦੇਖਣ ਤਾਂ ਉਹ ਕਲਾਸ ਦੇ ਵਿੱਚ ਮਜ਼ਾਕ ਨਾ ਕਰਨ, ਵਟਸਐਪ 'ਤੇ ਸਾਡੇ ਪਾਰਲੀਮੈਂਟ 'ਚ ਹੋ ਰਹੇ ਮਜ਼ਾਕ ਅਤੇ ਬੇਕਦਰੀਆਂ ਦੀ ਚਰਚਾ ਨਾ ਕਰਨ, ਉਹ ਸਾਡੀ ਪਾਰਲੀਮੈਂਟ ਤੋਂ ਸੇਧ ਲੈਣ ਆਪਣੀ ਜ਼ਿੰਦਗੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਦੇ ਵਿੱਚ, ਔਰ ਆਸ ਕਰਾਂਗੇ ਕਿ ਪਾਰਲੀਮੈਂਟ ਦਾ ਸੈਸ਼ਨ ਸਾਡੇ ਮੁਲਕ ਲਈ ਅਤੇ ਔਰ ਪੰਜਾਬ ਲਈ ਬਹੁਤ ਚੰਗਾ ਹੋਵੇ। ਪਾਰਲੀਮੈਂਟ ਦੇ ਸੈਸ਼ਨ ਦੇ ਸਾਰੇ ਖਾਸ ਪੁਆਇੰਟ ਅਸੀਂ ਵਕਤ ਵਕਤ 'ਤੇ ਵਿਚਾਰਦੇ ਰਵਾਂਗੇ। ਫਿਲਹਾਲ ਇਜਾਜ਼ਤ, ਫਿਰ ਮੁਲਾਕਾਤ ਹੋਏਗੀ। ਧੰਨਵਾਦ।